ਲਈਏ ਤੇ ਬਸ ਇਤਨਾ ਹੀ ਰਿਕੁਐਸਟ ਕਰ ਸਕਦੇ ਹਾਂ ਸਾਰੇ ਦਫਾ ਨੂੰ ਔਰ ਸਾਰੇ ਜ਼ੈਦੀ ਸਾਹਿਬ। ਅਸਲ ਵਿੱਚ ਵੇਖੋ, ਸਿਆਲਕੋਟ ਹੈ, ਲਾਹੌਰ ਹੈ, ਜਿਤਨੇ ਵੀ ਪੰਜਾਬ ਦੇ ਪੰਜਾਬ ਸ਼ਹਿਰ ਜ਼ਿਲ੍ਹੇ, ਪੰਜਾਬ ਹੋਵੇ, ਸਿੰਧ ਹੋਵੇ, ਕੋਈ ਹੋਵੇ, ਅਸੀਂ ਸਭ ਭਾਈ ਹੈ। ਬਿਲਕੁਲ ਸਹੀ। ਪਾਕਿਸਤਾਨ ਨਹੀਂ ਹੈ, ਪਾਕਿਸਤਾਨ ਜੋ ਵੀ ਇਹਦੇ ਵਿੱਚ ਕਰਾਚੀ 'ਚ ਕੋਈ ਅੱਛਾ ਪਰਫਾਰਮੈਂਸ ਕਰੇਗਾ ਤਾਂ ਪਾਕਿਸਤਾਨ ਦੀ ਸ਼ਾਨ, ਸਾਡੇ ਭਾਈ ਹੈ। ਲਾਹੌਰ ਵਿੱਚ ਕੋਈ ਕਰੇਗਾ ਤਾਂ ਲਾਹੌਰ ਕੌਣ, ਇਹ ਸਾਰੇ ਲੋਕਾਂ ਨੇ ਨਫ਼ਰਤ ਪੈਦਾ ਕਰਵਾਈ ਹੋਈ ਹੈ, ਕੋਈ ਐਸੀ ਗੱਲ ਵੀ ਨਹੀਂ। ਅਸੀਂ ਸਭ ਭਾਈ ਹੈ, ਅੱਛੇ ਜਿਹੜਾ ਬੰਦਾ ਅੱਛਾ ਸ਼ੌਕ ਕਰਦਾ, ਲਾਹੌਰ ਵਾਲਾ ਹੋਵੇ, ਸਿਆਲਕੋਟ ਵਾਲਾ ਹੋਵੇ, ਪਿਪਲਾਂ ਵਾਲਾ ਹੋਵੇ, ਚਨਿਓਟ ਵਾਲਾ ਹੋਵੇ, ਫੈਸਲਾਬਾਦ, ਕੁਛ ਕਿਹਾ, ਸਾਡੇ ਕੋਲ ਬੰਨੇ ਸੱਜੇ, ਅਸੀਂ ਸ਼ੌਕ ਨਾਲ ਫੋਕਸ ਕਰੀ, ਕਿਧਰ ਸ਼ੌਕ ਪ੍ਰਮੋਟ ਕਰੀ। ਔਰ ਦੇਖੋ ਜੀ, ਹਰੀਫ ਹੀ ਨਹੀਂ ਹੋਣਾ, ਨਫ਼ਰਤ ਨਹੀਂ ਕਰਨੀ, ਸਿਰ ਚੜੋਗੇ ਤੁਸੀਂ ਹਰੀਫ, ਅੱਛਾ ਸ਼ੌਕ। ਅੱਛਾ ਮਿੱਠੂ ਭਾਈ, ਵਾਪਸ ਆਉਂਦੇ ਹਾਂ ਉੱਥੇ, ਫਿਰ ਰਿਵਰਸ ਨਾਲ, ਥੋੜ੍ਹਾ ਰਿਵਰਸ ਆਈਏ ਵਿੱਚ, ਕਿਉਂਕਿ ਹੋਰ ਗੱਲਾਂ ਵੀ ਹੋਣ ਸ਼ੁਰੂ ਹੋ ਗਈਆਂ। ਅੱਛਾ, ਅਸੀਂ ਤੁਸੀਂ ਉਹਨਾਂ ਕੋਲ ਚਨੇਟ ਵਾਲਿਆਂ ਕੋਲ ਜਿਹੜੇ ਕਹਿੰਦੇ ਹੋ ਕੱਟ ਕੇ ਜਿੱਤ ਗਏ ਉਹਨਾਂ ਕੋਲ ਬਾਲੀਆਂ, ਫਿਰ ਉਸ ਤੋਂ ਬਾਅਦ ਵਿੱਚ ਜਿਹਦੇ ਨਾਲ ਤੁਹਾਡਾ ਟਫ ਮੁਕਾਬਲਾ ਹੋਇਆ, ਜਿਹਦੇ ਨਾਲ ਬਹੁਤ ਜ਼ਿਆਦਾ ਟਫ ਮੁਕਾਬਲਾ ਹੋਇਆ, ਕਿਹੜੀ ਕਿਹੜੀ ਸਨ 'ਚ ਹੋਇਆ ਔਰ ਕਿਹੜੀ ਕਿਹੜੀ ਸਨ 'ਚ ਤੁਸੀਂ ਪੰਜਾਬ ਲੈਵਲ ਤੇ ਚੈਂਪੀਅਨ ਹੋ ਗਏ? ਸਰ ਮੈਂ ਤਫਸੀਲ ਨਾਲ ਔਨ ਦਾ ਰਿਕਾਰਡ, ਓਕੇ, ਜ਼ਿਲ੍ਹੇ ਚਨੇਟ ਵਿੱਚ ਜੀ ਅਸੀਂ ਅੱਜ ਤੱਕ ਕਿਸੇ ਕੋਲ ਬਾਜ਼ੀ ਨਹੀਂ ਹਾਰੇ। ਜਿਤਨੇ ਵੀ ਪੰਜਾਬ ਦੇ ਸਦਾ ਦੇ ਪਲੇਅਰ ਹਨ ਉਹ ਜਿਤਨੇ ਵੀ ਫਰੋਮ ਸਿੰਸ ਸਟਾਰਟਿੰਗ ਨਹੀਂ ਹਰੇ ਜੀ, ਜਦੋਂ ਦੇ ਆਪਣਾ ਸਾਡੇ ਜਿਤਨੇ ਵੀ ਪੰਜਾਬ ਦੇ ਜ਼ਿਲ੍ਹੇ ਹੋਣਗੇ ਨਾ, ਉਹ ਬਿਸ਼ਕ ਜਿਤਨਾ ਅੱਛਾ ਵੀ ਉਸਤਾਦ ਹੋਏਗਾ ਆਪਣੇ ਇਲਾਕੇ 'ਚ ਜ਼ਰੂਰ ਹਰਿਆ ਹੋਏਗਾ, ਲੇਕਿਨ ਅੱਲਾ ਪਾਕ ਦੀ ਕੋਈ ਆਪਣੀ ਤਕਸੀਮ ਹੈ ਜੀ, ਠੀਕ ਹੈ ਨਾ ਜੀ। ਅਸੀਂ ਆਪਣੇ ਜ਼ਿਲ੍ਹੇ ਵਿੱਚ, ਕਿਉਂਕਿ ਮੌਸਮ ਤਾਂ ਇੱਕ ਹੁੰਦਾ ਨਾ, ਇੱਕ ਹੁੰਦਾ ਹੈ, ਵੇਖੋ ਇਹ ਸੀਜ਼ਨ ਆਇਆ 2024, ਠੀਕ ਹੈ, ਸਾਡੇ ਜ਼ਿਲ੍ਹੇ 'ਚ ਇੱਕ ਸੈਂਚਰੀ ਨਹੀਂ ਵੜ ਸਕੀ, ਸੈਂਚਰੀ ਤਾਂ ਬਹੁਤ ਦੂਰ ਦੀ ਗੱਲ, ਘੰਟੇ ਹੀ ਲੋਕਾਂ ਦੇ ਵੜਦੇ ਸੀ ਅਤੇ ਵਹਿ ਸਾਡੇ ਕਬੂਤਰ 'ਤੇ ਉੱਡਦੇ ਸੀ। ਕਿਸ ਪੀਰੀਅਡ ਤੋਂ ਤੁਸੀਂ ਮੁਕਾਬਲੇ ਹਿੱਸਾ ਲੈਣਾ ਸ਼ੁਰੂ ਕੀਤਾ? ਤੁਹਾਨੂੰ ਦੱਸਦੇ ਤਾਂ ਪਏ ਜੀ, ਅਸੀਂ 2007 ਤੋਂ ਮਿਸ਼ਰਫ ਦੌਰ 'ਚ, ਠੀਕ ਸਹੀ ਹੈ। ਅੱਛਾ ਇਹ ਦੱਸੋ ਦੋਸਤਾਂ ਦੀ ਰਹਿਨਮਾਈ ਵਾਸਤੇ, ਕਿਉਂਕਿ ਲੋਕ ਤੁਹਾਨੂੰ ਬੜਾ ਲਾਈਕ ਕਰਦੇ ਨੇ, ਤੁਹਾਡੀ ਪਰਫਾਰਮੈਂਸ ਪੁਆਇੰਟ ਆਫ ਵਿਊ ਨਾਲ, ਕਿ ਤੁਸੀਂ ਜਦੋਂ ਕਬੂਤਰ ਨੂੰ ਤਿਆਰੀ ਦਿੰਦੇ ਹੋ, ਤੁਸੀਂ ਹੁਣ ਕਬੂਤਰ ਜੇਡ ਦੇ ਕੱਢਣੇ ਸ਼ੁਰੂ ਕਰਦੇ ਬਾਹਰ, ਫਿਰ ਤਾਂ ਤੋਂ ਪਹਿਲੇ ਕੀ ਕਬੂਤਰਾਂ ਨੂੰ ਤੁਸੀਂ ਸਾਫ਼ ਕਰਦੇ ਹੋ? ਸਫਾਈ ਬਿਲਕੁਲ ਦਿੰਦੇ ਹਾਂ ਜੀ, ਕਾਹਦੇ ਨਾਲ ਕਰਦੇ ਜੀ? ਸਫਾਈ ਟੈਬਲੇਟ ਵੀ ਹੁੰਦੀਆਂ, ਸਿਰਫ ਵੀ ਹੁੰਦੇ ਜੀ, ਔਰ ਦੇਸੀ ਵੀ ਉਹਦਾ ਤ੍ਰਿਫਲਾ ਦੇਤਾ ਜਾਂ ਕੁਛ ਵੀ ਕਰਦੇ? ਤੁਸੀਂ ਜ਼ਿਆਦਾ ਕਿਤੇ ਨਾ ਕਰਦੇ ਸਰ? ਮੈਂ ਮੈਡੀਸਨ। ਦੂਸਰਾ ਹੈ ਕਿ ਤੁਸੀਂ ਕਬੂਤਰ ਸਫਾਈ ਕਰਕੇ ਬਾਹਰ ਕੱਢ ਲਏ, ਸ਼ੁਰੂ 'ਚ ਕਬੂਤਰ ਜ਼ਾਹਿਰ ਹੈ ਕੋਈ 2 ਘੰਟੇ, 4 ਘੰਟੇ, 5 ਘੰਟੇ, 6 ਘੰਟੇ ਤੱਕ ਆਉਂਦਾ ਹੈ, ਕਿਤਨੀ ਫੜਕਾਂ ਦੇ ਬਾਅਦ ਫਿਰ ਤੁਸੀਂ ਸਮਝਦੇ ਹੋ ਕਿ ਵੀ ਇਹਨਾਂ ਨੂੰ ਅਸੀਂ ਹੁਣ ਖੁਰਾਕ ਦੇਣੀ ਸ਼ੁਰੂ ਕਰਨੀ ਹੈ? ਸਰ ਇਹ ਕਬੂਤਰ 'ਤੇ ਡਿਪੈਂਡ। ਅੱਛਾ, ਬਹੁਤ ਅੱਛਾ। ਅੱਛਾ, ਬਹੁਤ ਅੱਛਾ ਪੁਆਇੰਟ। ਕਬੂਤਰ 'ਤੇ ਡਿਪੈਂਡ ਕਰਦਾ, ਕੋਈ ਕਬੂਤਰ ਹੁੰਦੇ ਨੇ ਉਹ ਤੁਹਾਨੂੰ ਤੁਸੀਂ ਤੀਸਰੀ ਫੜਕ ਤੋਂ ਬਾਅਦ ਵੀ ਕਹਿਣਗੇ ਸਾਨੂੰ ਖੁਰਾਕ ਦੇ ਦਿਓ, ਕੁਝ 20 ਫੜਕਾਂ ਮੰਗ ਕੇ ਕਹਿਣਗੇ ਖੁਰਾਕ ਨਾ ਦਿਓ, ਕਬੂਤਰ 'ਤੇ। ਅਤੇ ਫਿਰ ਤੁਸੀਂ ਉਹ ਤਫਰੀਕ ਕਰ ਲੈਂਦੇ ਹੋ ਵਿੱਚ ਕਿ ਅੱਜ 10 ਨੂੰ ਦੇਣੀ ਹੈ, ਬਾਕੀ ਵਾਲੇ ਚਲਾਉਣੇ ਨੇ? ਸਰ ਇਹੀ ਤਾਂ ਕਬੂਤਰਬਾਜ਼ੀ ਹੈ, ਕਬੂਤਰ ਦੀ ਕੰਡੀਸ਼ਨ ਦੇ ਹਿਸਾਬ ਨਾਲ। ਕਬੂਤਰ ਨੂੰ ਸਮਝੋ ਪਹਿਲੇ, ਤੁਸੀਂ ਇੱਕ ਜੁਮਲਾ ਕਿਹਾ ਸੀ, ਜਿਹੜਾ ਬੰਦਾ ਕਬੂਤਰ ਨੂੰ ਸਮਝ ਗਿਆ ਉਹ ਕਬੂਤਰ ਉਡਾ ਲਏਗਾ, ਜਿਹੜਾ ਸਮਝ ਨਹੀਂ ਸਕਿਆ। ਵੇਖੋ ਜੀ, ਖੋਤੇ ਘੋੜੇ ਦਾ ਫਰਕ ਤਾਂ ਫਰਕ ਹੈ, ਬਿਲਕੁਲ ਹਾਂਜੀ। ਇਸ ਚੀਜ਼ ਨੂੰ ਵੇਖਣਾ ਪੈ, ਉਹਦੀ ਡਾਇਟ ਨੂੰ ਵੇਖਣਾ, ਬਿਲਕੁਲ ਕਿਸ ਚੀਜ਼ ਨੂੰ ਜ਼ਰੂਰਤ, ਡਿਮਾਂਡ ਕੀ ਹੋਵੇ, ਡਿਮਾਂਡ ਕੀ, ਜਿਹੜਾ ਡਿਮਾਂਡ ਚੀਜ਼ ਦੀ ਪੂਰੀ ਕਰੇਗਾ ਉਹ ਠੀਕ ਰਹਿ ਜਾਏਗਾ ਜੀ। ਅੱਛਾ, 2007 'ਚ ਤੁਹਾਡਾ ਪ੍ਰੋਪਰ ਸ਼ੁਰੂ ਹੋ ਗਿਆ, ਠੀਕ ਹੈ, ਸ਼ੌਕ। ਮੈਂ ਪੁੱਛਿਆ ਸੀ ਕਿ ਤੁਹਾਨੂੰ ਮਜ਼ਾ ਕਿਤੇ ਨਾਲ ਜ਼ਿਆਦਾ ਆਇਆ, ਇੱਥੇ ਇਲਾਕੇ 'ਚ ਆਇਆ ਜਾਂ ਇਲਾਕੇ ਤੋਂ ਬਾਹਰ 'ਚ ਆਇਆ, ਜਾਂ ਇਲਾਕੇ 'ਚ ਖੇਲਦੇ ਹੋ ਤੁਸੀਂ,
ਨਹੀਂ ਬਾਹਰ ਤੇ ਪੰਜਾਬ ਦੇ ਵਿੱਚ ਖੇਡਦੇ ਨੇ ਉਹ ਤੇ ਕੱਪਾਂ ਜਿਹੜਾ ਵੈਸੇ ਬਾਜ਼ੀਆਂ ਵੈਸੇ ਬਾਜ਼ੀਆਂ ਤੇ ਫਿਰ ਟੂਰਨਾਮੈਂਟ ਵੀ ਕਾਫੀ ਦੇਰ ਖੇਡਦੇ ਰਹੇ ਜਦੋਂ ਬਾਜ਼ੀਆਂ ਲਾਣੀ ਸ਼ੁਰੂ ਕੀਤੀਆਂ ਨਾ ਜੀ ਬਾਜ਼ੀਆਂ ਲਾਣੀ ਸ਼ੁਰੂ ਕੀਤੀਆਂ ਹਾਂਜੀ ਤੇ ਇੱਕ ਦੋ ਮੁਕਾਬਲੇ ਸਾਡੇ ਬਰਾਬਰ ਹੋਏ ਸੀ ਠੀਕ ਹੈ ਲੇਕਿਨ ਅੱਕੀ ਅਕਰਮ ਅੱਕੀ ਵਾਲੀ ਛੱਤ ਜਿਹੜੀ ਹੈ ਨਾ ਜੀ ਉਹਦੇ ਨਾਲ ਸਾਡਾ ਅੱਛਾ ਲੇਕਿਨ ਉਸ ਤੋਂ ਬਾਅਦ ਮੁਕਾਬਲਾ ਵੀ ਨਹੀਂ ਹੋ ਸਕਿਆ ਬਸ ਵਾਦਾ ਘਾਟਾ ਨਾਲ ਥੋੜਾ ਜਿਹਾ ਹੋ ਜਾਂਦਾ ਚੌਥੀ ਪਾਜੀ ਤੋਂ ਬਾਅਦ ਜਿੱਤ ਗਏ ਤੁਸੀਂ ਹਾਂ ਜਿੱਤ ਗਏ ਸੀ ਜਿੱਤ ਗਏ ਸੀ ਮੁਕਾਬਲਾ ਜਿੱਤ ਗਏ ਸੀ ਲੇਕਿਨ ਇੱਕ ਉਹ ਮੁਕਾਬਲਾ ਜਿਹੜਾ ਨਾ ਬੜਾ ਟਫ ਹੋਇਆ ਸੀ ਕਿਉਂਕਿ ਪਹਿਲੀਆਂ ਹਿੱਟਾਂ ਉਹ ਸਾਡੇ ਕੋਲ ਜਿੱਤ ਗਏ ਸੀ ਪਹਿਲੀਆਂ ਤਿੰਨ ਹਿੱਟਾਂ ਉਹ ਸਾਡੇ ਕੋਲ ਲਗਾਤਾਰ ਜਿੱਤ ਗਏ ਸੀ ਬਾਅਦ ਵਿੱਚ ਅਸੀਂ ਲਗਾਤਾਰ ਛੇ ਅਕਸਰ ਦੋ ਸਾਡੇ ਉੱਤੇ ਇਤਰਾਜ਼ ਕਰਦੇ ਸੀ ਤੇ ਯਾਰ ਨਾਲੋ ਜ਼ਿਆਦਾ ਹਿੱਸਾ ਨਹੀਂ ਦੇਣਾ ਟੂਰਨਾਮੈਂਟਾਂ ਵਿੱਚ ਠੀਕ ਹੈ ਆਉਂਦੇ ਤੇ ਸਾਡੀਆਂ ਛੱਤਾਂ ਨਿਕਲ ਜਾਂਦੀਆਂ ਹੁਣ ਵੀ ਇਹੀ ਕੰਡੀਸ਼ਨ ਨੇ ਹੁਣ ਵੀ ਇਹੀ ਕੰਡੀਸ਼ਨ ਨੇ ਉਹਨੇ ਵੀ ਇਹੀ ਕੰਡੀਸ਼ਨ ਸੀ ਕਿ ਸਾਨੂੰ ਹਿੱਸਾ ਨਹੀਂ ਦਿੰਦੇ ਸੀ ਕਿ ਯਾਰ ਕਿ ਯਾਰ ਆਉਂਦਿਆਂ ਦੇ ਛੱਤਾਂ ਨਿਕਲ ਜਾਂਦੀਆਂ ਫਿਲਹਾਲ ਅਸਾਂ ਕਿ ਚਲੋ ਯਾਰ ਰੁੱਖ ਚੇਂਜ ਕਰ ਲਈਏ ਅਸੀਂ ਫਿਰ ਪੰਜਾਬ ਨੂੰ ਇੰਟਰ ਹੋ ਗਿਆ ਸੀ ਅਤੇ ਅੱਲਾਹ ਤਾਲਾ ਦੀ ਖਾਸ ਕਰਮ ਨਿਵਾਜ਼ ਨਾਲ ਅਸੀਂ ਪਹਿਲੀ ਦਫ਼ੇ ਪੰਜਾਬ ਉੱਡੀਆਂ 2019 ਵਿੱਚ ਅਤੇ ਅਸੀਂ ਚੈਂਪੀਅਨ ਪੰਜਾਬ ਬਣੇ ਹਾਂ ਜੀ ਉਸ ਵਿੱਚ ਮੇਰੇ 5 ਲੱਖ ਕਬੂਤਰ ਉੱਡੇ ਸੀ ਜੀ 5 ਲੱਖ ਕਬੂਤਰ ਉੱਡੇ ਸੀ ਅਤੇ ਸੱਤ ਤੋਂ ਬਾਅਦ ਹੀ ਕਬੂਤਰ ਬਹਿੰਦੇ ਰਹੇ ਸਾਰੇ ਨੇ ਆਪਣੀ ਆਪਣੀ ਵਾਰੀ ਤੇ ਸੱਤ ਤੋਂ ਪਾ ਦਿੱਤੇ ਸ਼ੋਰ ਕਮਾਂਡਰ ਵਾਲੇ ਕਬੂਤਰ ਉੱਡਿਆ ਸੀ ਮਾਸ਼ਾ ਅੱਲਾਹ ਰਾਮਪੁਰੀ ਕਬੂਤਰ ਅਸੀਂ ਜਨਾਬ 2019 ਚੈਂਪੀਅਨ ਹੋਏ ਫਿਰ ਉਸ ਤੋਂ ਬਾਅਦ 6 ਰੋਜ਼ਾ ਜੇਠ 2020 ਚੈਂਪੀਅਨ ਹੋਏ ਪਹਿਲੀ 6 ਸੈਂਚਰੀਆਂ ਪੰਜਾਬ ਦੇ ਫਿਰ 2020 ਚੈਂਪੀਅਨ ਪੰਜਾਬ ਹੋਏ ਹੈ ਫਿਰ 2021 ਵਿਸਾਖ ਦੇ ਚੈਂਪੀਅਨ ਪੰਜਾਬ ਹੋਏ ਹੈ ਠੀਕ ਹੈ ਔਰ ਪੰਜਾਬ ਦੀ ਹਿਸਟਰੀ ਵਿੱਚ ਸਭ ਤੋਂ ਜ਼ਿਆਦਾ ਘੰਟੇ ਦਾ ਰਿਕਾਰਡ ਵੀ ਅੱਜ ਵੀ ਸਾਡਾ ਹੈ ਠੀਕ ਹੈ ਜੀ ਕਿੰਨੇ ਘੰਟੇ ਦਾ ਥੋੜਾ 90 ਘੰਟੇ ਪਰ ਐਵਰੇਜ ਪਰ ਐਵਰੇਜ 90 ਘੰਟੇ ਐਵਰੇਜ ਐਵਰੇਜ ਔਰ ਜੀ 3 ਦਿਨ ਦੀ ਐਵਰੇਜ ਹੈ ਬਲਕਿ ਤੁਰਾਬ ਹੈਦਰ ਸਾਹਿਬ ਨੇ ਮੈਨੂੰ ਇਸ ਚੀਜ਼ ਦਾ ਵੀ ਇਨਾਮ ਦਿੱਤਾ ਕਿ ਇਹ ਸਾਡੀ ਹਿਸਟਰੀ ਚ ਪਹਿਲੀ ਦਫ਼ਾ ਹੋਇਆ ਕਿ ਇੱਕ ਹੀ ਪਲੇਅਰ 3 ਦਿਨ ਦੀ ਬੈਸਟ ਐਵਰੇਜ ਜਿੱਤਿਆ ਤੇ ਅਲਹਮਦੁਲਿਲਾ ਅੱਲਾਹ ਪਾਕ ਦੀ ਮਿਹਰਬਾਨੀ ਨਾਲ ਫਿਰ 2022 ਚੈਂਪੀਅਨ ਪੰਜਾਬ ਮੈਂ ਹੋਇਆ ਜੇਠ ਜੀ ਉਹਦੇ ਵਿੱਚ ਰਿਕਾਰਡ ਸਾਡਾ ਬਣਿਆ ਸੀ ਕਿ ਲਗਾਤਾਰ 7 ਸੈਂਚਰੀਆਂ ਕਿ ਅੱਜ ਤੋਂ ਇਹ ਕਿਸੇ ਪਲੇਅਰ ਨੇ ਪਹਿਲੇ ਨਹੀਂ ਬਣਾਈਆਂ ਬੜੀ ਗੱਲ ਹੈ ਉਹਦੇ ਤੋਂ ਸਾਰੇ ਫਾਰਮੈਟ ਵੀ ਜਿੱਤੇ ਨੇ ਨਾ ਉਹਦੇ ਉਹਦੇ ਵਿੱਚ ਇਹਨਾਂ ਨੇ ਸਾਰੇ ਫਾਰਮੈਟ ਜਿੱਤੇ ਨੇ ਪੰਜਾਬ ਅਲਹਮਦੁਲਿਲਾ ਜੀ ਫਿਰ 2023 ਵਿੱਚ ਮੌਸਮ ਤੁਹਾਨੂੰ ਪਤਾ ਹੈ ਕਿ ਓਵਰਆਲ ਬਹੁਤ ਖਰਾਬ ਰਹੇ ਲੇਕਿਨ ਕਬੂਤਰਾਂ ਦੀ ਸਾਡੀ 8 ਵਜੇ ਤੋਂ ਬਾਅਦ ਰਹੀ ਮੁਕਾਬਲੇ ਬਲਕਿ ਬੜਾ ਅੱਛਾ ਮੁਕਾਬਲਾ ਹੋਇਆ ਉਸਤਾਦ ਰਾਜਾ ਇਫਤਖਾਰ ਕਾਕਾ ਸਾਹਿਬ ਨਾਲ ਔਰ ਉਸਤਾਦ ਆਸ਼ਿਕ ਹੁਸੈਨ ਨਾਲ ਹਿੱਟ ਦਾ ਮੁਕਾਬਲਾ ਜਿਹੜਾ ਸੀ ਨਾ ਬੜਾ ਮਜ਼ੇਦਾਰ ਹੋਇਆ ਸੀ ਸਾਡਾ ਕਿ ਰਾਜ ਸਾਹਿਬ ਪਹਿਲੇ ਹਿੱਟਾਂ ਜਿੱਤੀਆਂ ਆਸ਼ਿਕ ਹੁਸੈਨ ਸਾਹਿਬ ਨੇ ਹਿੱਟਾਂ ਜਿੱਤੀਆਂ ਜੀ ਮੈਨੂੰ ਬਾਅਦ ਵਿੱਚ ਮੇਰੇ ਕਬੂਤਰ ਆਪਣਾ ਕਾਜਲ ਬਰੀਡ ਵਿੱਚ 2 ਕਬੂਤਰ ਆਏ ਜੀ ਸਲਾਰਾ ਅਤੇ ਕਾਜਲ ਠੀਕ ਹੈ ਲੇਕਿਨ ਉਹਨਾਂ ਨੇ ਕਬੂਤਰਾਂ ਨੇ ਆਪਣੀ ਪਰਵਾਜ਼
8 ਵਜੇ ਤੋਂ ਬਾਅਦ ਹੀ ਰੱਖੀ ਹੈ 11 ਪਰਵਾਜ਼ਾਂ 7 ਦਿਨ 8 ਤੋਂ ਬਾਅਦ 7 ਦਿਨ 8 ਤੋਂ ਬਾਅਦ 8 ਤੋਂ ਬਾਅਦ 8-24 8-19 8-10 8-9 8-16 ਇੱਥੇ ਉਹ ਜਿਹੜੀ ਗੋਲੀ ਨਾ ਸਾਨੂੰ ਵੀ ਦੇ ਦੇਣਾ ਚਾਹੁੰਦੇ ਬੰਦ ਕਰ ਦੇ ਅੱਛਾ ਅੱਛਾ ਇਹ ਦੱਸੋ ਹੁਣ ਇੱਥੇ ਚਲੋ ਇੱਕ ਵੈਸੇ ਧੱਕੇ ਨਾਲ ਲਾ ਜਾ ਮਜ਼ਾਕ ਮਜ਼ਾਕ ਦੀ ਗੱਲ ਹੋ ਰਹੀ ਨਹੀਂ ਲੈ ਵੀ ਜਾਵਾਂਗੇ ਹਾਂ ਕੋਈ ਨਹੀਂ ਮਿਹਰਬਾਨੀ ਅੱਛਾ ਕਿ ਤੁਸੀਂ ਵਿਸਾਖ ਵੀ ਖੇਡ ਲਿਆ ਚਿੱਤਰ ਵੀ ਖੇਡ ਲਿਆ ਅਤੇ ਜੇਠ ਵੀ ਜੇਠ ਵੀ ਚਿੱਤਰ ਨਹੀਂ ਵਿਸਾਖ 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 ਅਤੇ ਜੇਠ ਖੇਡ ਅਸੀਂ ਖੇਡ ਲਿਆ ਤੇ ਇੱਕ ਦਫਾ ਅਸੀਂ ਸਾਡੀ ਬੜੀ ਅੱਛੀ ਆਊਟ ਕਲਾਸ ਪਰਫਾਰਮੈਂਸ ਰਹੀ ਹੈ ਦੂਸਰੇ ਤੀਸਰੇ ਨੰਬਰ ਤੇ ਅਸੀਂ ਪੰਜਾਬ ਵਿੱਚ ਆਇਆ ਸੀ ਅਸੂ ਸਾਸ ਕਾਬੂ ਨਹੀਂ ਹੁੰਦਾ ਰਹਿ ਕੇ ਕੋਸ਼ਿਸ਼ ਕਰ ਉਹ ਬਿਠਾਣਾ ਮੁਸ਼ਕਿਲ ਹੈ ਫਿਰ ਕਾਬੂ ਨਹੀਂ ਹੋ ਰਿਹਾ ਕਾਬੂ ਨਹੀਂ ਹੈ ਅਰ ਵੀ ਤਿਆਰੀ ਕਰ ਰਹੇ ਨੇ ਕਿ ਤਿਆਰੀ ਕਰ ਰਹੇ ਹਾਂ ਲੇਕਿਨ ਅਸੂ ਜੀ ਪਿਛਲੇ ਸਾਲ ਮੁਕਾਬਲੇ ਬੜਾ ਜ਼ਬਰਦਸਤ ਹੋਇਆ ਇਹ ਕੈਦੀ ਨੰਬਰ 804 ਕੈਦੀ ਨੰਬਰ 8 ਹਾਂ ਉਹ ਤੇ ਬਗਲਾ ਬਗੈਰ ਹੀ ਉੜ ਗਿਆ ਸੀ ਹਾਂ ਜੀ ਉਹਨੇ ਮਾਸ਼ਾਅੱਲਾ 7-8 ਉਹਦਾ ਸ਼ੌਕ ਚੈਲੰਜ ਮੁਕਾਬਲਾ ਜਿਹੜਾ ਨਾ ਜੀ ਚੌਧਰੀ ਮੀਨ ਨਵਾਜ਼ ਅਲੀ ਸ਼ਾਹ ਸਾਹਿਬ ਹਸਨ ਸ਼ਾਹ ਸਾਹਿਬ ਤੇ ਆਪਣਾ ਹੋਰ ਵੀ ਅੱਛੇ ਪਲੇਅਰ ਹਨ 7 ਗਰਾ ਮੁਕਾਬਲਾ ਤੈਅ ਸੀ ਬਹਰਹਾਲ ਕਬੂਤਰ ਉਡਾਏ ਸੀ ਨਾ ਉਹ ਕੋਈ ਤੇਰੇ ਮਿਆਰੀ ਕਬੂਤਰ ਨਹੀਂ ਠੀਕ ਹੈ ਮੌਸਮ ਵੀ ਨਰਮ ਜੇਠ ਵਾਲੇ ਕਬੂਤਰ ਨਹੀਂ ਸੀ ਜੋ ਜਨ ਮਤਲਬ ਉਹ ਫਿਰ ਸਿਲੈਕਸ਼ਨ ਕਰ ਲਈ ਨਾ ਤੁਸੀਂ ਅਸਦ ਕਾਫੀ ਵਕਤ ਬਰਬਾਦ ਕੀਤਾ ਸੀ ਕਿਸੇ ਦੌਰ ਤੇ ਸਾਨੂੰ ਸ਼ੌਕ ਨਹੀਂ ਹੈ ਕਬੂਤਰ ਐਵਰੇਜ ਤੇ ਉੱਡਦੇ ਆ ਜੀ ਉਹ ਲੇਕਿਨ ਕੋਈ ਕੁਝ ਮੋਤੀ ਵਾਲੇ ਬਹੁਤ ਹੀ ਅੱਛੇ ਹੈ ਜਿਹੜੇ ਅੱਛੇ ਹੋਣ ਨਾ ਉਹ ਬਹੁਤ ਹੀ ਅੱਛੇ ਲੇਕਿਨ ਸਾਡੇ ਕੋਲ ਇੰਨੇ ਅੱਛੇ ਨਹੀਂ ਸੀ ਜੀ ਪਰ ਹੁਣ ਗੇਮ ਬਹੁਤ ਫਾਸਟ ਹੋ ਗਈ ਹੈ ਹੁਣ ਗੇਮ ਹੋ ਗਈ ਜੀ 8 ਵਜੇ 8 ਵਜੇ ਦੀ ਹੁਣ ਗੇਮ ਹੀ 8 ਵਜੇ ਦੀ ਹੁਣ ਇੱਕ ਦੋ ਵਾਰਾ ਕੰਮ ਹੈ ਤੇਜ਼ ਪਰ ਹੈ ਕਬੂਤਰ ਦਾ ਹੀ ਕੰਮ ਹੈ ਅੱਛਾ ਇਹ ਤੁਸੀਂ ਦੱਸ ਰਹੇ ਹੋ 2023 ਦਾ ਦੱਸੀ ਜਾਓ ਤਫਸੀਲ 8 ਦੇ ਮੁਕਾਬਲੇ ਸਾਰਿਆਂ ਕੋਲ ਜਿੱਤ ਗਏ ਸੀ ਐਵਰੇਜ ਦੇ ਕੁਝ ਮੁਕਾਬਲੇ ਸਾਨੂੰ ਆਖਰੀ ਦਿਨ ਤੂਫਾਨ ਪਿਆ ਨਾ ਜੀ ਸਾਡੇ ਕਬੂਤਰ ਚਲੇ ਗਏ ਸੀ ਉਹਦੇ ਚ ਹਰੇ ਐਵਰੇਜ 8 ਗਰਾਂ ਕੋਲ ਹੋ ਰਿਹਾ 82 ਗਰਾਂ ਬਾਜ਼ੀ ਗਈ ਖਰਾਬ ਹੋਇਆ ਉਹਦੇ ਥਰੋਂ 8-7 ਬਾਜ਼ੀਆਂ ਫਿਰ ਹਰਨੀਆਂ ਪਿਆ ਸੀ ਫਾਈਨਲ ਵਿੱਚ 50 ਬਾਜ਼ੀ ਜਿੱਤੀ ਸੀ 2022 ਵਿੱਚ 1 ਬਾਜ਼ੀ ਹਰੇ ਆ ਸੀ ਬੰਨੂ ਤੋਂ 2024 ਵਿੱਚ ਅਸੀਂ 1 ਬਾਜ਼ੀ ਹਰੇ ਆ ਮਰਦਾਨ ਤੋਂ ਬਾਕੀ ਸਾਰੇ ਜਿੱਤੇ ਜੀ 120 ਬਾਜ਼ੀ ਸੀ ਸਾਡੀ ਇਸ ਦਫਾ 2024 ਇੱਕ ਹਰੇ ਹੈ 118 ਨੂੰ ਵਿਨ ਕੀਤਾ ਤੇ ਇੱਕ ਨਾ ਬਰਾਬਰ ਮੁਬਾਰਕ ਹੋਵੇ ਜੀ ਬਹੁਤ ਬਹੁਤ ਲੇਕਿਨ ਮਿੱਠੂ ਭਾਈ ਅਸੀਂ ਇਹ ਗੱਲ ਕਰਾਂਗੇ ਕਿ ਯਾਰ ਬੜੀ ਬਾਤ ਹੈ ਪੰਜਾਬ ਦੇ ਵਿੱਚ ਬੜੀਆਂ ਛੱਤਾਂ ਨੇ ਬੜੇ ਵੱਡਾ ਕੱਪ ਹੈ ਸਾਰੇ ਨੂੰ ਵਿਨ ਕਰਨਾ ਬੜੀ ਬਾਤ ਹੈ ਹਾਂਜੀ ਬੜੀ ਸਾਹਿਬ ਅੱਛਾ ਮੈਨੂੰ ਥੋੜ੍ਹਾ ਜਿਹਾ ਇੱਕ ਚੀਜ਼ ਦਾ ਮੈਨੂੰ ਦਿਓ ਮੇਰਾ ਸਵਾਲ ਇਹ ਰਾਜਾ ਕਾਕਾ ਸਾਹਿਬ ਨਾਲ ਵੀ ਤੁਹਾਡੀਆਂ ਬਾਜ਼ੀਆਂ ਲੱਗਦੀਆਂ ਜੀ ਜੀ ਘੁੰਮਣ ਸਾਹਿਬ ਨਾਲ ਵੀ ਤੁਹਾਡੀਆਂ ਬਾਜ਼ੀਆਂ ਕਈ ਕਈ ਆਸ਼ਿਕ ਹੁਸੈਨ ਸਾਹਿਬ ਨਾਲ ਲੱਗਦੀਆਂ ਜੀ ਠੀਕ ਠੀਕ ਹੈ
ਤੁਸੀਂ ਇਹ ਕਿਹਾ ਕਿ ਮੈਂ ਕੀ ਕਹਾਂਗਾ ਕਿ ਉੱਥੇ ਮੁਨਸਿਪ ਪਹਿਲੇ ਭੇਜ ਦਿੰਦੇ ਹੋ ਜਾਂ ਨਹੀਂ ਭੇਜਦੇ? ਨਹੀਂ ਸਰ, ਮੁਨਸਿਪ ਬੈਠੇ ਹੁੰਦੇ ਨਾਲ ਰੈਡੀ ਲੋਕਾਂ ਦੇ, ਨਹੀਂ ਤਾਂ ਤੁਸੀਂ ਭੇਜ ਦਿਓ। ਡਿਫਰੈਂਟ ਕੱਪ ਚੱਲ ਰਹੇ ਹੋ, ਇੱਥੇ ਜ਼ਰੂਰਤ ਹੋਵੇ ਇੱਕ ਅੱਧੇ ਮੁਨਸਿਪ ਦੇਣਾ ਹੁੰਦਾ ਜ਼ਿਆਦਾਤਰ, ਅਤੇ ਬਾਕੀ ਆਲਰੇਡੀ ਬੈਠੇ ਹੁੰਦੇ ਸਰ। ਜਿਹੜੇ ਅੱਛੇ ਖਿਲਾੜੀ ਹੁੰਦੇ ਨਾ ਉੱਥੇ ਐਸਾ ਵੈਸਾ ਕੰਮ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਹਾਂ ਬੰਦਾ ਆਵੇ ਨਾ ਜੀ, ਅਤੇ ਕੋਈ ਐਸੀ ਪਰਫਾਰਮੈਂਸ ਡੈਂਜਰਸ ਹੋਵੇ ਤਾਂ ਫਿਰ ਉੱਥੇ ਬੰਦਾ ਮੁਨਸਿਪ ਚੇਂਜ ਕਰ ਲੈਂਦਾ। ਤੁਸੀਂ ਕਿੱਥੇ ਚੇਂਜ ਕਰਦੇ ਹੋ ਦਾਦਾ? ਸਰ ਕਿੱਥੇ ਵੀ ਨਹੀਂ ਕੀਤਾ, ਕਿਧਰ ਵੀ ਨਹੀਂ ਕੀਤਾ। ਅੱਲਾ ਦੇ ਡੋਰੀਆਂ ਅੱਲਾ ਉੱਥੇ ਤੁਸੀਂ ਜੀ, ਜਿਹੜਾ ਵੇਖੋ ਨਾ ਜੀ, ਬੇਈਮਾਨ ਬੰਦਾ ਜਿਹੜਾ, ਲੋਕ ਵੀ ਤੇ ਥੋੜਾ ਟਾਈਮ ਹੁੰਦਾ ਹੈ, ਜਿਹੜੀ ਇੱਜ਼ਤ ਹੁੰਦੀ ਹੈ ਅੱਲਾ ਪਾਕ ਉਸ ਬੰਦੇ ਨੂੰ ਅਤਾ ਕਰਦਾ ਜਿਹੜਾ ਠੀਕ ਹੁੰਦਾ, ਨਹੀਂ ਹੈ ਤੂੰ ਠੀਕ ਰੱਖਦਾ ਸਭ ਕੁਝ ਠੀਕ ਰੱਖਦਾ। ਬਹੁਤ ਅੱਛੀ ਗੱਲ, ਬਹੁਤ ਅੱਛੀ। ਹੁਣ ਬੇਈਮਾਨੀ ਕਰ ਵੀ ਕੋਈ ਨਹੀਂ ਸਕਦਾ, ਪਬਲਿਕ ਪਲੇਸ ਤੇ ਸ਼ੌਕ ਹੁੰਦਾ, 100-200 ਬੰਦਾ ਥੱਲੇ ਬੈਠਾ ਹੁੰਦਾ, ਮੀਡੀਆ ਵੀਡੀਓ ਸੋਸ਼ਲ ਮੀਡੀਆ ਬੈਠੇ ਹੁੰਦੇ। ਤੁਸੀਂ ਸਲਮਾਨ ਭਾਈ ਵੇਖਿਆ ਹੋਣਾ ਕਿ ਸਾਡਾ ਹੁਣ ਵੇਖੋ ਨਾ ਜੀ, ਅਸੀਂ ਅਗਰ ਫਰਜ਼ ਕਰੋ ਬੇਈਮਾਨੀ ਦੇ ਸੋਚੀਏ ਤਾਂ ਵੇਖਦਾ 400-500 ਬੰਦਾ ਮੇਰੇ ਕੋਲ ਹੁੰਦਾ, ਕਿਵੇਂ ਹੋਵੇ? ਓਏ ਹੋਏ, ਬੜਾ ਬੰਦਾ ਹੁੰਦਾ। ਤੇ ਇਸੇ ਤਰ੍ਹਾਂ ਲੋਕਾਂ ਦਾ ਸ਼ੌਕ ਜ਼ਿਆਦਾ ਹੋ ਗਿਆ ਡੇਰਿਆਂ ਦੇ, ਡੇਰਿਆਂ ਦੇ ਬੇਈਮਾਨੀਆਂ ਨਹੀਂ ਹੁੰਦੀਆਂ। ਅੱਛਾ ਇਹ ਦੱਸੋ ਹੁਣ ਇਹਨਾਂ ਦਾ ਤਾਂ ਆਪਣਾ ਹੈ ਨਾ, ਇਹ ਤਾਂ ਥੋੜ੍ਹਾ ਜਿਹਾ ਪੂਰੇ ਸਰਕਲ ਨੂੰ ਕਵਰ ਕਰ ਰਹੇ ਹੁੰਦੇ ਨਾ। ਮੇਰਾ ਫੋਕਸ ਹੈ ਕਿ ਨਵੇਂ ਖਿਡਾਰੀਆਂ ਵਾਸਤੇ ਰਹਿਨਮਾਈ ਵੀ ਹੋ ਜਾਏ ਨਾ ਨਾਲ ਨਾਲ, ਕਿ ਤੁਸੀਂ ਜਦੋਂ ਹੁਣ ਪਰ ਪਟਾਈ ਕਰੋਗੇ ਤਾਂ ਫਿਰ ਵਿਸਾਖ ਵਾਲੀ ਅਲੈਦਾ ਕਰ ਦਿਓ, ਜੇਠ ਵਾਲੀ ਅਲੈਦਾ ਕਰ ਦਿਓ, ਕੋਈ ਗੈਪ ਰੱਖ ਦਿਓ ਉਹਦੇ 'ਚ? ਹੁੰਦਾ ਨਾ ਜੀ। ਅਤੇ ਨਾਰਮਲੀ ਦਾਣਾ ਪਰ ਪਟਾਈ 'ਚ ਕੀ ਉਹਨਾਂ ਨੂੰ ਦਿੰਦੇ? ਜੀ ਹਲਕੀ ਮੱਕੀ ਦਿੰਦੇ ਹਾਂ ਜੀ, ਚਨੀ ਦਿੰਦੇ ਹਾਂ, ਗੰਦਮ ਦਿੰਦੇ ਹਾਂ, ਬਾਜਰਾ ਦਿੰਦੇ ਹਾਂ, ਅਤੇ ਇਹ ਅਸੀਂ ਦਿੰਦੇ ਹਾਂ ਜੀ ਵਿਸਾਖ ਵਾਲੇ ਕਬੂਤਰਾਂ ਨੂੰ। ਠੀਕ ਹੈ। ਅਤੇ ਅੱਗੇ ਬਾਕੀ ਇਸ ਦਾਣੇ ਦੇ ਨਾਲ ਜਿਹੜੇ ਅੱਗੂ ਜੇਠ ਲਈ ਪਰ ਪੱਟੀ, ਉਹਦੇ ਵਿੱਚ ਇਹ ਦਾਣਾ ਹੁੰਦਾ ਹੈ, ਬਾਜਰਾ ਵੀ ਠੀਕ ਹੁੰਦਾ ਹੈ, ਬਾਜਰਾ ਅਤੇ ਗੰਦਾ ਦਾ ਵਜ਼ਨ ਇੱਕ ਹੁੰਦਾ ਹੈ, ਹਲਕੀ ਮੱਕੀ ਹੁੰਦੀ ਹੈ ਨਾਲ ਜੀ, ਚਨੀ ਹੁੰਦੀ ਹੈ ਨਾਲ, ਸਰਸੋਂ ਵੀ ਐਡ ਕਰ ਲਈ। ਮੋਰਾ ਲੱਗ ਕੇ ਵੀ ਚੱਲ ਚਿਕਨਾਈਆ ਕਬੂਤਰ ਨੂੰ ਬਹੁਤ ਅੱਛੀ ਗੱਲ ਹੋ ਗਈ। ਅੱਛਾ ਕਬੂਤਰ ਤੁਹਾਡਾ ਆ ਗਿਆ ਉੜ ਕੇ ਸ਼ਾਮ ਨੂੰ ਬੈਠ ਰਿਹਾ, ਜੇਠ ਨੂੰ ਡਿਸਕਸ ਕਰ ਰਹੇ ਹਾਂ, ਜੇਠ ਦੀ ਕਰਨੀ, ਤੁਹਾਡਾ ਉਹਨੂੰ ਸੰਭਾਲ ਆਪ ਹੀ ਕਰਦੇ ਹੋ, ਮਹਾਵਤ ਕਰਦੇ ਨੇ, ਔਰ ਕਿਤਨਾ ਟਾਈਮ ਦਿੰਦੇ ਹੋ ਕਬੂਤਰ ਨੂੰ ਬੈਠਣ ਦੇ ਬਾਅਦ? ਅਸੀਂ ਕਬੂਤਰ ਬੜਾ ਅੱਛਾ ਸਵਾਲ ਬੈਠੇ ਨਾ, ਮਹਾਵਤ ਸਾਡੀ ਛੱਤ ਤੇ ਹੱਥ ਨਹੀਂ ਲਾ ਸਕਦੇ। ਸਾਡੀ ਛੱਤ ਇਹ ਅਸੂਲ ਹੈ, ਘੰਟਾ ਲੇਟ ਹੋ ਗਿਆ ਕੋਈ ਖੁਦਾ ਨਾ ਖਾਸਤਾ ਐਸਾ ਮਾਮਲਾਤ ਵੀ ਹੈ ਤੇ ਹੱਥ ਨਹੀਂ ਲਾ ਸਕਦਾ ਕੋਈ, ਕਬੂਤਰ ਬੈਠਾ ਆਰਾਮ ਨਾਲ ਆਪਣੇ, ਨਾ ਉਹਨੂੰ ਪਲਟਾਇਆ, ਨਾ ਉਹਨੂੰ ਖੇਲ ਪਾਣੀ ਦਿੱਤਾ, ਉਦੋਂ ਦਾ ਕੰਮ ਨਹੀਂ ਕਰਨਾ, ਪਰ ਹੁੰਦੇ ਹੀ ਨਹੀਂ ਐਸਾ ਘੰਟੇ ਵਾਲੀ ਗੱਲ, ਮੈਂ ਤਾਂ ਮਿਸਾਲ ਦੇ ਰਿਹਾ ਸੀ ਸਰ, ਕਬੂਤਰ ਅਸੀਂ 21 ਘੰਟੇ ਜਾਗਦੇ ਹਾਂ 24 ਘੰਟਿਆਂ ਵਿੱਚ, ਕਬੂਤਰ ਉਤਾਰ ਕੇ ਵੀ ਖੁਦ ਹੀ ਲਾਉਂਦੇ ਆ, ਖੁਦ ਹੀ ਉਤਾਰਨਾ ਹੈ, ਖੁਦ ਸਵਾਲ ਹੈ, ਸਾਡੇ ਕੋਲ 10-10, 12-12 ਸ਼ਾਗਿਰਦ ਵੀ ਹੁੰਦੇ, ਖੁਰਾਕ ਉਹਨਾਂ ਬਣਾਉਣੀ ਹੈ, ਇੱਕ ਦੋ ਦੋਸਤ ਹੋਣਗੇ ਜਿਹੜੇ ਖੁੱਡੇ ਵਗੈਰਾ ਸਫਾਈ ਕਰਕੇ, ਖੁੱਡੇ ਸਫਾਈ ਰੱਖਣੀ ਪੈਂਦੀ ਹੈ, ਕਬੂਤਰ ਦੀ ਫਿਟਨੈਸ ਲੈਵਲ ਬੰਦਾ ਚੈੱਕ ਕਰਦਾ ਰਹਿੰਦਾ, ਖੁਦ ਕਰਨਾ ਜੀ, ਬਾਕੀ ਉਹਨਾਂ ਨੇ ਜੋੜੇ ਦਾ ਕਰਨਾ ਹੈ, ਤਿਆਰੀ ਵਾਲੇ ਕਬੂਤਰ ਦੇ ਲੱਗ ਕੇ ਕਿਸੇ ਨਹੀਂ ਜਾਣਾ, ਇਹ ਨਾਗੇ ਵਾਲੇ ਦਿਨ ਵੀ ਅਤੇ ਬਾਜ਼ੀ ਵਾਲੇ ਦਿਨ। ਠੀਕ ਹੈ, ਅਸਲ ਰਾਜ ਇਹ ਕਬੂਤਰ ਆ ਗਿਆ, ਤੁਸੀਂ ਸੰਭਾਲ ਲਿਆ, ਉਹਨੂੰ ਕਿੰਨੇ ਘੰਟੇ ਬਾਅਦ ਖੁਰਾਕ ਦਿੰਦੇ ਹੋ? ਸਰ ਅਸੀਂ ਤਾਂ ਕਦੀ ਕਦੀ ਰਾਤ ਦਾ ਵੀ ਵੱਜ ਜਾਂਦਾ,
ਕਬੂਤਰ ਬੈਠਾ ਤੇ ਕਿਤਨੀ ਦੇਰ ਤੱਕ ਸੰਭਾਲ ਕਰੀਏ? ਹਾਂ ਨਹੀਂ ਪਾਣੀ ਨਹੀਂ, ਕਬੂਤਰ ਆ ਗਿਆ ਪੂਰਾ ਕਬੂਤਰ ਥੱਲੇ ਲਾ ਲਿਆ। ਇੱਕ ਸੈਕਿੰਡ ਮੇਰੇ ਸਵਾਲ ਦਾ ਸੁਣ ਲਓ ਪੂਰਾ। ਜੈਦੀ ਸਾਹਿਬ ਦਾ ਕਹਿਣ ਦਾ ਮਤਲਬ ਹੈ ਕਬੂਤਰ ਆ ਗਿਆ ਜਾਲ ਤੇ ਬਹਿ ਗਿਆ, ਜਾਲ ਤੋਂ ਤੁਸੀਂ ਥੱਲੇ ਲਾ ਲਿਆ, ਉਹਨੂੰ ਖੁੱਡੇ 'ਚ ਬੰਦ ਕਰ ਦਿੱਤਾ ਜਾਂ ਉਂਝ ਵਿੱਢ 'ਚ ਬੰਦ ਕਰਤਾ, ਕਿੰਨੀ ਦੇਰ ਉਹਨੂੰ ਦਿੰਦੇ ਕਿ ਮੈਂ ਇੰਨੀ ਦੇਰ ਬਾਅਦ ਇਹਨੂੰ ਪਲਟਾਉਣਾ ਜਾਂ ਨਹੀਂ ਪਲਟਾਉਣਾ, ਜੇਠ 'ਚ ਪਲਟਾਉਣਾ ਜਾਂ ਨਹੀਂ ਪਲਟਾਉਣਾ, ਜਾਂ ਤੁਸੀਂ ਪਲਟਾਉਂਦੇ ਹੋ ਜਾਂ ਨਹੀਂ ਪਲਟਾਉਂਦੇ, ਪਾਣੀ ਉਸ ਤੋਂ ਕਿੰਨੀ ਦੇਰ ਬਾਅਦ ਦੇਣਾ ਉਹਨੂੰ ਪੂਰਾ ਕਰਨਾ ਨਾ ਲੈਣਾ ਨਾ ਕਬੂਤਰ ਬੈਠੇ ਲਾ ਲੈਂਦਾ ਉਹਨੂੰ ਜਿਤਨਾ ਆਪਣਾ 5-4 ਮਿੰਟ ਤੋਂ ਬਾਅਦ ਅਸਾਂ ਕਬੂਤਰ ਨੂੰ ਖੁੱਲ੍ਹਾ ਪਾਣੀ ਦੇ ਦੇਣਾ, ਆਪਣਾ ਖਿੱਚਦਾ ਰਹੇ। ਲੇਕਿਨ ਮੇਰਾ ਤਰੀਕੇਕਾਰ ਹੈ ਕਿ ਮੇਰੇ ਖੁਰਾਕ ਅਕਸਰ ਬੜੀ ਲੇਟ ਹੁੰਦੀ ਹੈ, ਜਾ ਕੇ 10-10 ਵਜੇ ਵੀ ਖੁਰਾਕ ਦਿੰਦਾ ਕਬੂਤਰਾਂ ਨੂੰ। ਮਤਲਬ ਉਹਦਾ ਤੁਸੀਂ ਕਬੂਤਰ ਦਾ ਪਹਿਲੇ ਵਜ਼ਨ ਪੂਰਾ ਕਰਦੇ ਹੋ ਸਰ? ਕਬੂਤਰ ਪਾਣੀ ਚਲਾ ਜੇ ਆਪਣਾ, ਜੇਠ ਹੈ ਨਾ? ਹਾਂ ਸਹੀ ਹੈ, ਪਾਣੀ ਚਲਾਏ ਆਪਣਾ ਪੂਰਾ, ਜੇਠ ਹੈ ਪਾਣੀ ਛਾਣੀ ਕਬੂਤਰ ਪਿੰਦਰ ਦੇ ਖਿਚਾਈ ਕਰਦੇ ਰਹਿੰਦੇ, ਨਾਰਮਲਾਈਜ਼ ਹੋ ਜਾਏ। ਰਾਤ ਨੂੰ ਕਬੂਤਰ ਖੁਰਾਕ ਦੇਣ ਦਾ ਫਾਇਦਾ ਇਹ ਹੁੰਦਾ ਕਿ ਕਬੂਤਰ ਆਪਣੀ ਖੁਰਾਕ ਰੋਕਦਾ ਨਹੀਂ, ਚਲਾ ਜਾਂਦਾ ਚਲਾ ਜਾਂਦਾ। ਠੀਕ ਹੈ, ਜਦੋਂ ਕਬੂਤਰ ਗਰਮੀ ਵਿੱਚ ਉੱਡ ਕਰਦਾ ਤੁਹਾਨੂੰ ਜਲਦੀ ਖੁਰਾਕ ਦੇ ਦਿੰਦਾ ਗਰਮੀ ਵਾਲੀ, ਉਹਦੇ ਕਬੂਤਰ ਖਰਾਬ ਹੋ ਜਾਂਦੇ ਨੇ ਅਕਸਰ। ਖੁਰਾਕ ਕੀ ਪਾਉਂਦੇ? ਛੋਟੀ ਇਲਾਚੀ ਪਈ ਤੀ ਜ਼ਿਆਦਾ ਅਤੇ ਬਦਾਮ ਹੁੰਦੇ ਨੇ, ਮੋਟੀ ਇਲਾਚੀ ਦੀ ਜ਼ਰੂਰਤ ਪਵੇ ਤਾਂ ਉਹ ਵੀ ਪਾ ਲਈਦੀ ਹੈ। ਹਾਂ ਕਦੀ ਕਦੀ ਉਹ ਵੀ ਇਸਤੇਮਾਲ ਕਰਦੇ, ਕਾਲੀ ਮਿਰਚ ਦਾ ਵੀ ਕਦੀ ਕੰਮ ਹੀ ਇਸਤੇਮਾਲ ਕਰੀ ਰਕਮ ਕਰ ਲਈਦਾ ਅਸਬੇ ਜ਼ਰੂਰਤ, ਦੋ ਚਾਰ ਬਸ ਚੀਜ਼ਾਂ ਵਿੱਚ ਹੁੰਦੀਆਂ ਤੇਰਾ ਫੱਕੀ ਟੈਪ ਹੁੰਦੀ ਹੋਊਗੀ। ਮਿਸਾਲ ਜੇ ਸੌ ਬਦਾਮ ਹੈ, ਸੌ ਬਦਾਮ ਅਸੀਂ 100 ਬਦਾਮ ਨੂੰ ਕਹਿੰਦੇ ਹਾਂ, ਉਹਦੇ ਕਿੰਨੀਆਂ ਛੋਟੀਆਂ ਇਲਾਚੀਆਂ ਪਾਓਗੇ, ਕਿੰਨੀ ਮੋਟੀ ਇਲਾਚੀ ਦੇ? ਤਿੰਨ ਅਸੀਂ ਕਦੀ ਛੋਟੀ ਇਲਾਚੀ ਪਾਉਂਦੇ ਹਾਂ, ਤਿੰਨ ਇੱਕ ਛੋਟੀਆਂ ਇਲਾਚੀਆਂ, ਤਿੰਨ ਛੋਟੀਆਂ ਇਲਾਚੀਆਂ ਅਤੇ ਮੋਟੀ ਇਲਾਚੀ ਦੇ ਦਾਣੇ ਵੀ ਕਬੂਤਰ ਦੇ ਹਿਸਾਬ ਨਾਲ ਪਾਓ? ਕਿੰਨੇ? ਇੱਕ ਪਾਓ, ਇੱਕ। ਠੀਕ ਹੈ, ਮੁਨੱਕਾ ਵਗੈਰਾ ਨਹੀਂ ਇਸਤੇਮਾਲ ਕਰਦੇ? ਮੁਨੱਕਾ ਕਬੂਤਰ ਨੂੰ ਵੇਖ ਕੇ ਪਾਈਦਾ। ਦੇਖੋ ਮਤਲਬ ਇਹਨਾਂ ਦਾ ਕਹਿਣ ਦਾ ਮਕਸਦ ਹੈ ਕਿ ਰੱਦੋ ਬਦਲ ਚੱਲਦਾ ਰਹਿੰਦਾ, ਸਾਡੀ ਇੱਕ ਚੀਜ਼ ਨਹੀਂ ਚੱਲਦੀ ਕਿ ਪ੍ਰਾਪਰ ਕਿ ਇਹ ਇਹ ਤੁਕਤ ਇਹ ਨਹੀਂ, ਕਬੂਤਰ ਦੇ ਹਿਸਾਬ ਨਾਲ ਚੱਲਦੀ। ਕਦੀ ਦਰੀਸ਼ ਪਾਣੀ ਪੈ ਗਈ ਤੇ ਪਾ ਲਈ ਇੱਕ ਦੋ ਦਾਣੇ, ਫੱਕੀ ਅਸੀਂ ਤਿਆਰ ਕਰਦੇ ਹਾਂ ਜੀ, ਫੱਕੀ ਵੀ ਪਾਈ ਦੀ ਖੁਰਾਕ ਵਿੱਚ, ਦੇਸੀ ਫੱਕੀ ਆਉਂਦੀ ਹੈ ਜੀ। ਅੱਛਾ ਤੁਸੀਂ ਕਹਿੰਦੇ ਮੈਡੀਸਨ ਲੱਗ ਗਈ ਕਬੂਤਰ ਨੂੰ ਤੇ ਉਹਨੂੰ ਸਾਫ ਕਰਨਾ ਚਾਹੀਦਾ, ਮੈਡੀਸਨ ਤੋਂ ਦੂਸਰੇ ਦਿਨ ਉਹਦਾ ਤੋੜ ਕੀ ਕਰਦੇ ਹੋ? ਕੋਈ ਮੈਂ ਮੈਡੀਸਨ ਨਹੀਂ ਪੁੱਛਣ ਲੱਗਾ, ਗੱਲ ਸੁਣੋ ਪਹਿਲੇ ਮੇਰੀ ਗੱਲ ਸੁਣ ਲਓ, ਮੈਂ ਮੈਡੀਸਨ ਨਹੀਂ ਪੁੱਛਣ ਲੱਗਾ ਕਿਉਂਕਿ ਹਰ ਬੰਦੇ ਦਾ ਨਾ ਅਸੀਂ ਦੱਸਣਾ ਨਹੀਂ ਲੱਗੇ, ਕਿਹੜੇ ਤੋੜ ਹੁੰਦੇ? ਜਦੋਂ ਕਬੂਤਰ 2-3 ਵਾਰੀ ਖੁੱਲਾ ਪਾਣੀ ਪੀ ਲੈਂਦਾ ਅੰਦਰ ਖੁਦ ਹੀ ਸਾਫ਼ ਹੋ ਜਾਂਦਾ, ਕੋਈ ਦਹੀਂ ਸ਼ਹੀ ਖੱਟਾ ਨਹੀਂ ਦਿੰਦੇ, ਦਹੀਂ ਦਾ ਪਾਣੀ ਦਾ ਯੂਜ਼ ਕਰ ਲਓ ਜੇ ਜ਼ਿਆਦਾ ਕਰਨਾ ਪਵੇ, ਜ਼ਿਆਦਾ ਕਬੂਤਰ ਖਰਾਬ ਹੋਵੇ ਫਿਰ ਉਹਦਾ ਪਾਣੀ ਕਬੂਤਰ ਕਿਸ ਤਰ੍ਹਾਂ ਦੀ ਵਿੱਠ ਮਾਰ ਰਿਹਾ, ਕੋਈ ਕਬੂਤਰ ਗਲਤ ਵਿੱਠ ਮਾਰ ਰਿਹਾ ਜਾਂ ਉਹਨੂੰ ਦੇਖ ਲੈਂਦੇ ਹਾਂ ਬਈ? ਹੁੰਦਾ ਫਰਕ ਹੁੰਦਾ, ਲੇਕਿਨ ਕਬੂਤਰ ਦੀ ਇਹ ਹੁੰਦੀ ਕੰਡੀਸ਼ਨ, ਜਦੋਂ ਕਬੂਤਰ ਤਿਆਰ ਨਹੀਂ ਨਾ ਹੁੰਦਾ ਕਬੂਤਰ ਵਾਲੇ ਸਾਰੀਆਂ ਬਿਠਾ ਕਰਦਾ,
ਸਬਜ਼ ਬਿੱਠਾ ਕਬੂਤਰ ਕਰਦਾ ਹੈ, ਜਦੋਂ ਤੱਕ ਕਬੂਤਰ ਮੁਕੰਮਲ ਤਿਆਰ ਹੋ ਜਾਏ ਨਾ, ਉਸ ਤੋਂ ਬਾਅਦ ਉਹਨੂੰ ਵੇਟ ਠੀਕ ਕਰਨੀ ਚਾਹੀਦੀ ਜਦੋਂ ਪਰਵਾਜ਼ ਦਾ ਹੁੰਦਾ ਦਿਨ ਨਾਗੇ ਦੇ ਬਾਅਦ ਰਾਤ ਨੂੰ ਗਰਮ ਕਰਦੇ ਹੋ ਨਾਰਮਲ ਰੱਖਦੇ ਹੋ ਕਬੂਤਰਾਂ ਨੂੰ? ਬਹੁਤ ਦਿਲ ਕਬੂਤਰ ਹਾਜ਼ਮਾ ਚੱਲਦਾ ਰਹੇ ਅਤੇ ਨਾਲ ਗਰਮ ਕਬੂਤਰ ਜੇ ਗਰਮ ਚੀਜ਼ ਹੁੰਦੀ ਹੈ ਨਾ ਜੀ, ਗਰਮ ਚੀਜ਼ ਦਾ ਮਤਲਬ ਇਹ ਹੁੰਦਾ ਹੈ ਕਿ ਗਰਮ ਕੋਈ ਵੀ ਚੀਜ਼ ਦਿਓਗੇ ਕਬੂਤਰ ਦੇ ਅੰਦਰੋਂ ਚਰਬੀ ਵੇਸਟ ਕਰ ਦੇਗੀ, ਠੀਕ ਹੈ ਨਾ, ਫਿਰ ਅਸੀਂ ਉਸ ਉਖੜ ਜਾਂਦਾ ਨਾ ਕਬੂਤਰ ਨਹੀਂ ਜਾਂਦੇ, ਮੌਤ ਦਿਲ ਕਬੂਤਰ ਉੜਦਾ ਵੀ ਮੌਤ ਦਿਲ ਹੀ ਹੈ ਜੀ ਸਾਹਿਬ। ਅੱਛਾ ਨਾਗਲੇ ਦਿਨ ਜੇਠ ਜਿਸ ਤਰ੍ਹਾਂ ਆਇਆ ਹੈ ਲੋਕਾਂ ਨੇ ਫਿਰ ਕੋਈ ਇਮਲੀ ਆਲੂ ਬੁਖਾਰੇ ਦਾ ਅਨਾਰਦਾਨੇ ਦਾ ਪਾਣੀ ਜਾਂ ਸਫੈਦ ਜ਼ੀਰੇ ਦਾ ਇਸ ਤਰੀਕੇ ਨਾਲ ਕੁਛ ਸਵੇਰੇ ਉਹਨਾਂ ਨੂੰ ਕੁਛ ਦਿੰਦੇ ਹੋ ਇੱਕ ਛੋਟਾ ਮੋਟਾ ਕਿ ਵੀ ਚਲੋ ਇੱਕ ਇੱਕ ਸੀਸੀ? ਸਾਡੇ ਕਬੂਤਰਾਂ ਨੂੰ ਜ਼ਰੂਰਤ ਫੀਲ ਹੁੰਦੀ ਹੈ ਨਾ ਜੀ, ਅਸੀਂ ਇੱਕ ਪਾਣੀ ਬਣਾਈਦਾ ਉਹ ਰਾਤ ਭਗੋਈਦਾ ਅਤੇ ਸੁਬਹ ਉਹਨੂੰ ਪੂਣੀਦਾ, ਠੀਕ ਹੈ, ਅਤੇ ਜਾਂ ਅਗਰ ਕੁਛ ਜ਼ਿਆਦਾ ਕਬੂਤਰ ਅਪਸੈਟ ਹੋ ਜਾਂਦੇ ਤਾਂ ਇਹ ਗੱਲ ਕੋਈ ਕਬੂਤਰ ਹੋ ਜਾਂਦੇ ਜੀ ਟੈਂ ਕਬੂਤਰ 'ਤੇ ਪ੍ਰੈਸ਼ਰ ਹੁੰਦਾ ਅਤੇ ਉਸ ਨੂੰ ਫਿਰ ਦਹੀਂ ਦਾ ਪਾਣੀ ਜਿਹੜਾ ਇਹ ਵੀ ਬਿਹਤਰ ਚੀਜ਼ ਹੈ, ਇਸ ਤਰ੍ਹਾਂ ਕੁਛ ਗੁਜ਼ਾਰਾ ਮੁਜ਼ਾਰਾ ਚਲਾ ਲਈਦਾ। ਬਾਕੀ ਜਿਹੜਾ ਮਾਲ ਮੂਲ ਕੇ ਦੇ ਸਮਝ ਤੇ ਗਏ ਹੋਣ ਕੇ ਦੋਸਤ ਕਈ ਦੇਖੋ ਹਰ ਇੱਕ ਦਾ ਤਰੀਕਾ ਕਾਰ ਆਪਣਾ ਅਸੀਂ ਜਿਹੜੀ ਮੈਡੀਸਨ ਕਬੂਤਰ ਨੂੰ ਦੇਣੀ ਸਾਨੂੰ ਉਹਦਾ ਪਤਾ ਤਾਂ ਹੋਣਾ ਚਾਹੀਦਾ ਸਾਨੂੰ ਕਰਨਾ ਕੀ ਕਿਹਦੀ ਤੁਹਾਨੂੰ ਕਲੀਅਰ ਕਰਨਾ ਹੈ ਨਹੀਂ ਉਹ ਤੋੜ ਵੀ ਹੋਣਾ ਚਾਹੀਦਾ ਬੰਦੇ ਨੂੰ ਪਤਾ ਹੋਵੇ ਕਿ ਔਰ ਦੋਜ਼ ਮੈਂ ਬੜੇ ਇੱਥੇ ਤੇ ਕੀਤਾ ਕੋਸ਼ਿਸ਼ ਕਿ ਸਾਡੇ ਨਾਲ ਲੋਕ ਡੋਜ਼ ਬੜੀ ਹੈਵੀ ਕਰ ਦਿੰਦੇ ਨੇ, ਇਹ ਪਰਿੰਦਾ ਹੈ ਇਹਦਾ ਕੋਈ 200-250 ਗ੍ਰਾਮ ਇਹਦਾ ਵੇਟ ਹੈ, ਇਨਸਾਨ ਦੀ ਮੈਡੀਸਨ ਯੂਜ਼ ਹੋ ਰਹੀ ਹੈ ਮੋਸਟ, ਇਹ ਵੀ ਕਬੂਤਰਾਂ ਦੇ ਰਸਲ ਵੇਖ ਕੇ ਮਾਰਨੀ ਪੈਂਦੀ ਹੈ ਨਾ। ਅੱਛਾ ਕਿੰਨੇ ਵਾਪਸ ਆਉਣਾ ਕਿੰਨੇ ਚੁੱਕਣੀ ਹੈ ਕਿੰਨੇ ਚੁੱਕਣੀ ਬਰਦਾਸ਼ਤ ਉਹ ਵਿਲ ਪਾਵਰ ਹੀ ਆ ਜਾਏਗੀ ਉਹਦੀ ਕਿਹੜਾ ਕਬੂਤਰ ਜਿਹੜਾ ਮਜ਼ਬੂਤ। ਅੱਛਾ ਮਿੱਠੂ ਭਾਈ ਕੋਈ ਪੈਗਾਮ ਤੁਸੀਂ ਦੋਵੇਂ ਭਾਈ ਦੇਣਾ ਚਾਹੁੰਦੇ ਕਬੂਤਰ ਬਾਦਾਂ ਨੂੰ ਕਬੂਤਰ ਪਰਵਰਾਂ ਨੂੰ ਅਤੇ ਕੋਈ ਅੱਛਾ ਜਿਹਾ ਪੈਗਾਮ ਕੋਈ ਦੋਸਤਾਂ ਨੂੰ ਜਿਹੜਾ ਜਿਹਦਾ ਫਾਇਦਾ ਹੋਵੇ ਲੋਕਾਂ ਨੂੰ? ਸਰ ਗੱਲ ਇਹ ਹੀ ਹੈ ਕਿ ਆਪਣਾ ਅੱਗੇ ਵੀ ਕਾਫੀ ਦਫ਼ਾ ਕਿਹਾ ਭਾਈਆਂ ਨੂੰ ਸਾਰਿਆਂ ਦੋਸਤ ਭਾਈ ਹਨ ਜੀ, ਜ਼ਿਆਦਾ ਲੋਕ ਬਾਹਰ ਬੈਠੇ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਹੈ, ਮੈਂ ਟਿਕ ਟਾਕ ਲਾਈਵ ਵੀ ਆਉਂਦਾ ਗੱਪ ਸ਼ੱਪ ਦੋਸਤਾਂ ਨਾਲ ਹੁੰਦੀ ਹੈ, ਬਹੁਤ ਜਨੂਨੀ ਸ਼ੌਕੀਨ ਹੈ ਅਸੀਂ ਤਾਂ ਹੁੰਦੇ ਹਾਂ ਜੀ ਸੀਜ਼ਨ ਵਿੱਚ ਕਬੂਤਰ ਬਾਅਦ ਬਾਕੀ ਅਸੀਂ ਆਪਣੀ ਲਾਈਵ ਇੰਜੋਇਮੈਂਟ ਕਰਦੇ ਹਾਂ, ਠੀਕ ਹੈ ਇੰਜੋਇਮੈਂਟ ਕਰੀਦੀ ਕਿਉਂਕਿ ਤੁਸੀਂ ਅੱਜ ਕੱਲ੍ਹ ਦੀ ਵਕਤ ਵਿੱਚ ਆਪਣੇ ਆਪ ਨੂੰ ਖੁਸ਼ ਰੱਖ ਲਓ ਨਾ, ਦੁਨੀਆਂ ਤੁਹਾਨੂੰ ਖੁਸ਼ ਨਹੀਂ ਰੱਖ ਸਕਦੀ, ਤੁਸੀਂ ਆਪਣੇ ਆਪ ਨੂੰ ਰੱਖ ਲਓ ਤਾਂ ਬੜੀ ਗੱਲ ਹੈ, ਵਕਤ ਬਰਬਾਦ ਨਾ ਕਰਨ ਕਿਸੇ ਚੀਜ਼ 'ਤੇ ਵੀ, ਮੈਂ ਆਪਣੇ ਅੱਛੇ ਕਬੂਤਰ ਬਣਾ, ਕਿਸੇ ਦਾ ਹੱਥ ਪਕੜੋ ਜਿਹੜਾ ਤੁਹਾਨੂੰ ਅੱਛੀ ਤਰ੍ਹਾਂ ਲੈ ਕੇ ਜਾਵੇ ਤੁਹਾਨੂੰ ਸਿਖਾਵੇ ਤੁਹਾਨੂੰ ਕਬੂਤਰ, ਹਾਂਜੀ ਬਿਲਕੁਲ, ਲੇਕਿਨ ਉਸਤਾਦ ਤੋਂ ਬਗੈਰ ਤਾਂ ਗੱਲ ਨਹੀਂ ਬਣਦੀ, ਕੋਈ ਵੀ ਚੀਜ਼ ਹੈ ਤਾਂ ਉਸਤਾਦ ਤੋਂ ਬਗੈਰ ਤਾਂ ਨਾਮੁਕੰਮਲ ਹੈ ਜੀ, ਅੱਛੇ ਆਪਣਾ ਜੋ ਜਿਸ ਤੋਂ ਤੁਹਾਡਾ ਦਿਲ ਮੁਤਮਿਨ ਉਹਨੂੰ ਉਸਤਾਦ ਬਣਾਓ, ਉਹਨਾਂ ਦੇ ਕੋਲ ਅੱਛੇ ਕਬੂਤਰ ਬਾਜ਼ੀ ਸਿੱਖੋ, ਕਬੂਤਰ ਅਗਰ ਤੁਹਾਡੇ ਕੋਲ ਅੱਛੇ ਨਹੀਂ ਹੈ ਤਾਂ ਜਿੱਥੋਂ ਮਰਜ਼ੀ ਆਉਂਦਾ ਕਬੂਤਰ ਅੱਛੇ ਬਣਾਓ ਆਪਣੇ, ਕਬੂਤਰ ਅੱਛੇ ਹੋਣਗੇ ਤਾਂ ਤਾਂ ਹੀ ਤੁਹਾਡਾ ਵੀ ਨਾਂ ਹੋਏਗਾ, ਔਰ ਮਿਹਨਤ ਖੁਦ ਕਰੋ। ਅੱਛਾ ਦੱਸੋ ਤੁਹਾਡੇ ਹਸਨ ਭਾਈ ਦੇ ਉਸਤਾਦ ਨੇ ਅਮੀਰ ਮੁਖਤਿਆਰ ਸਾਹਿਬ, ਤੁਹਾਡੇ ਦੋਵੇਂ ਭਾਈ ਦਾ ਇੱਕੋ ਉਸਤਾਦ ਨਹੀਂ ਅਲੱਗ ਅਲੱਗ ਨਹੀਂ? ਇਸੇ ਤਰ੍ਹਾਂ ਹੀ ਹੈ ਕਿ ਉਸਤਾਦ ਅਮੀਰ ਮੁਖਤਿਆਰ ਮੇਰਾ ਉਸਤਾਦ ਹੈ, ਬਕਾਇਦਾ ਨਹੀਂ ਹੈ, ਮੇਰੇ ਉਸਤਾਦ ਹਨ ਅਤੇ 2022 ਚੈਂਪੀਅਨ ਬਣਨ ਤੋਂ ਬਾਅਦ ਉਹਨਾਂ ਮੈਨੂੰ ਅਸਤੀਫਾ ਦੇ ਦਿੱਤਾ ਸੀ। ਅੱਛਾ ਕੀ ਨਾਂ ਸੀ ਉਹਨਾਂ? ਉਸਤਾਦ ਬਾਬੂ ਸਜਾਦ ਸਾਹਿਬ ਸੀ।
ਕਿੱਥੋਂ ਦੇ? ਚਨੇਉੜ ਦੇ। ਅੱਛਾ ਅੱਛਾ ਚਨੇਉੜ ਦੇ। ਅੱਛਾ ਅੱਛਾ ਤੁਸੀਂ ਅਸਤੀਫਾ ਦੇ ਦਿੱਤਾ? ਮੈਂ ਤਾਂ ਸਾਰੀ ਜ਼ਿੰਦਗੀ ਇਹਨਾਂ ਨੇ ਤੇ ਜੀ ਬੜੀ ਵਫਾ ਕੀਤੀ ਜਦੋਂ ਅੱਲਾ ਪਾਕ ਨੇ ਸਾਨੂੰ ਇੱਜ਼ਤ ਦਿੱਤੀ ਔਰ ਉਸ ਤੋਂ ਬਾਅਦ ਇਸ ਵਾਸਤੇ ਨਹੀਂ ਛੋੜਿਆ ਕਿ ਅੱਜ ਅੱਲਾ ਪਾਕ ਨੇ ਸਾਨੂੰ ਅਰੂਜ ਦਿੱਤਾ ਕਿ ਲੋਕ ਜਾਂ ਇਹ ਨਾ ਕੋਈ ਸੋਚੇ ਕਿ ਇਹਨਾਂ ਨੇ ਅਰੂਜ ਵਿੱਚ ਆਪਣੇ ਉਸਤਾਦ ਨੂੰ ਛੋੜ ਦਿੱਤਾ ਇੱਕ ਮੁਖਲਿਸਪਨ ਰੱਖਿਆ ਉਹਨਾਂ ਨਾਲ ਤੇ ਮਗਰ ਅੱਲਾ ਪਾਕ ਉਹਨਾਂ ਦੀ ਜ਼ਿੰਦਗੀ ਕਰੇ ਕੁਛ ਨਾ ਬਜ਼ੁਰਗ ਬੰਦੇ ਨੇ ਉਹਦੇ ਨਾਲ ਸਾਡੀ ਬਹਿਸ ਵੀ ਕੋਈ ਨਹੀਂ ਬਸ ਉਹ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਨਾ ਤੇ ਉਹਨਾਂ ਨੇ ਨਾ ਅਸਤੀਫਾ ਦਿੱਤਾ ਅੱਛਾ ਉਹਨਾਂ ਕੋਲ ਸਿੱਖਿਆ ਤੁਸੀਂ ਸਾਰਾ ਕੁਛ ਹਾਂ ਸਿੱਖਿਆ ਪੀਪਲਾਂ ਦਾ ਭਾਈ ਕਿੱਧਰ ਰਹਿ ਗਏ ਅੱਛਾ ਸਿੱਖਿਆ ਉੱਥੋਂ ਹੀ ਓਏ ਹੋਏ ਹੋਏ ਬੜੀ ਗੱਲ ਹੈ ਫਿਰ ਵੀ ਇੱਜ਼ਤ ਕਰਨੀ ਜਿਹੜੀ ਜੈਨੂਇਨ ਗੱਲ ਹੈ ਨਾ ਜੀ ਵੇਖੋ ਭਾਈ ਉਹ ਇਮਾਨਦਾਰੀ ਦੀ ਗੱਲ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਇਨਸਾਨ ਜਿੰਨਾ ਵੱਡਾ ਹੋ ਜਾਵੇ ਨਾ ਉਸਤਾਦ ਦੀ ਬਰਾਬਰੀ ਨਹੀਂ ਕਰ ਸਕਦਾ ਉਸਤਾਦ ਦੀ ਬਰਾਬਰੀ ਨਹੀਂ ਕਰ ਸਕਦਾ ਜਿਹੜੇ ਮੇਰੇ ਉਸਤਾਦ ਦੇ ਬਹੁਤ ਰਾਮ ਗੱਲ ਕਰ ਰਹੇ ਹਨ ਅੱਲਾ ਪਾਕ ਨੂੰ ਸਿਹਤ ਦੇਵੇ ਤੰਦਰੁਸਤ ਦੇਵੇ ਉਸਤਾਦ ਬਾਬੂ ਸੁਜਾਤ ਸਾਹਿਬ ਹੋਰਾਂ ਨੂੰ ਉਹ ਕਬੂਤਰਬਾਜ਼ੀ 50 ਸਾਲ ਪਹਿਲੇ ਕਰਕੇ ਖਤਮ ਕਰ ਚੁੱਕੇ ਆ 50 ਸਾਲ ਕਰਕੇ ਖਤਮ ਕਰ ਚੁੱਕੇ ਆ ਤੇ ਮੈਂ ਇਹਨਾਂ ਨਾਲ ਜਦੋਂ ਅਟੈਚਮੈਂਟ ਹੋਇਆ ਉਹਨਾਂ ਜੀ ਮੇਰਾ ਰਿਜ਼ਲਟ ਵੀ ਕੋਈ ਐਡਾ ਵੱਡਾ ਰਿਜ਼ਲਟ ਨਹੀਂ ਸੀ ਅੱਛਾ ਕੋਈ ਐਡਾ ਵੱਡਾ ਰਿਜ਼ਲਟ ਨਹੀਂ ਸੀ ਅੱਛਾ ਲੇਕਿਨ ਮਿਹਨਤ ਮੇਰੇ ਅੰਦਰ ਜਨੂੰਨ ਸੀ ਕਿ ਮੈਂ ਅੱਗੇ ਜਾਣਾ ਮੈਂ ਐਫਰਟ ਕਰਦਾ ਰਿਹਾ ਜੀ ਅਤੇ ਸਾਰੀ ਕਬੂਤਰਬਾਜ਼ੀ ਫਿਰ ਜਿਹੜੀ ਹੋਈ ਉਸ ਪੀਪਲ ਵਾਲੀ ਹੋਈ ਹੈ ਅਤੇ ਉਸਤਾਦ ਦੇ ਬਹੁਤ ਰਾਮ ਸ਼ੌਕ ਛੱਡ ਗਏ ਹੋਏ ਹਨ ਲੇਕਿਨ ਬਸ ਉਹਨਾਂ ਦੇ ਟੋਪਿਕ 'ਤੇ ਮੈਂ ਗੱਲ ਨਹੀਂ ਕਰਾਂਗਾ ਉਸ ਤੋਂ ਬਾਅਦ ਉਹਨੇ ਹੋਰ ਕੋਈ ਵੀ ਉਹਨਾਂ ਦਾ ਐਸਾ ਸ਼ਾਗਿਰਦ ਕੋਈ ਐਸਾ ਸ਼ਾਗਿਰਦ ਨਹੀਂ ਹੈ ਕਿ ਜਿਹਨੇ ਅੱਜ ਤੱਕ ਜ਼ਿਲ੍ਹਾ ਵੀ ਜਿੱਤਿਆ ਹੋਵੇ ਬਾਕੀ ਤਾਂ ਗੱਲ ਦੂਰ ਦੀ ਹੁੰਦੀ ਬਾਕੀ ਚਲੋ ਜੀ ਉਹਨਾਂ ਨੂੰ ਇਹ ਅੱਛਾ ਲੱਗਾ ਕਿ ਉਹ ਮੈਥੋਂ ਲੈਦਾ ਅੱਛੇ ਅਤੇ ਮੈਂ ਸਾਰੀ ਜ਼ਿੰਦਗੀ ਨਹੀਂ ਛੱਡਣਾ ਸੀ ਮੈਂ ਉਹਨਾਂ ਦੇ ਨਾਲ ਲਾਈ ਸੀ ਲਾ ਕੇ ਜਿਹੜੀ ਨਿਭਾਣੀ ਹੈ ਜ਼ਰਾ ਔਖੀ ਹੁੰਦੀ ਹੈ ਅੱਛਾ ਕੋਈ ਵਜ੍ਹਾ ਵੀ ਤਾਂ ਹੁੰਦੀ ਨਹੀਂ ਇਹਦੇ ਵਿੱਚ ਕੋਈ ਮੇਨ ਵਜ੍ਹਾ ਹਾਂ ਇਹ ਵਜ੍ਹਾ ਹੈ ਕਿ ਮੇਰਾ ਸ਼ਾਗਿਰਦ ਆਪਣਾ ਅਮੈਰੀਕਾ ਹੁੰਦਾ ਅੱਛਾ ਉਹ ਸ਼ਾਗਿਰਦ ਮੇਰਾ ਜਿਹੜਾ ਨਾ ਉਹ ਦੋ ਤਿੰਨ ਦਫ਼ਾ ਮੈਂ ਛੱਤ ਉਡਾਈ ਉਹ ਚੈਂਪੀਅਨ ਹੋਇਆ ਅੱਛਾ ਜ਼ਿਲ੍ਹੇ ਵਿੱਚ ਉਹ ਥੋੜ੍ਹਾ ਜਿਹਾ ਅਲੱਗ ਜਿਹੜੇ ਸਾਈਡਾਂ 'ਤੇ ਹੋਇਆ ਕਿ ਮੇਰਾ ਉਸਤਾਦ ਦਾ ਮੇਰੇ ਨਾਲ ਕੋਈ ਕਿਰਦਾਰ ਹੀ ਨਹੀਂ ਅੱਛਾ ਮੈਂ ਕਿ ਉਸਤਾਦ ਦਾ ਕਿਰਦਾਰ ਇਹ ਤਾਂ ਤੂੰ ਇਕੱਲੇ ਹੀ ਹੋ ਜਾ ਤੇ ਉਹ ਹੀ ਬਿਹਤਰ ਹੈ ਕਿਉਂਕਿ ਮੈਂ ਕਬੂਤਰ ਉਡਾਉਂਦਾ ਮੇਰੇ ਮੂੰਹ 'ਤੇ ਆ ਕੇ ਉਸਤਾਦ ਕਮਾਲ ਕਰ ਛੱਡੀ ਸਰ ਮੇਰੇ ਕੋਲ ਨਾ ਮੁਖਤਸਰ ਜੀ ਗੱਲ ਹੈ ਕਿ ਕਿਸੇ ਨਾਲ ਮੁਨਾਫਕਾ ਦਾ ਤਲਕ ਨਹੀਂ ਰੱਖ ਸਕਦਾ ਮੇਰੇ ਨਾਲ ਜਿਹਦਾ ਤਲਕ ਹੁੰਦਾ ਮੈਂ ਤਲਕ ਵੀ ਆਪਣਾ ਡਟ ਕੇ ਨਹੀਂ ਬੰਨਦਾ ਤਾਂ ਮੁਖਾਲਫਾ ਵੀ ਡਟ ਕੇ ਕਰਦਾ ਅਗਰ ਮੇਰੀ ਕਿਸੇ ਨਾਲ ਅਨਬਣ ਬਣ ਗਈ ਤਾਂ ਮੈਂ ਤੁਲ ਕੇ ਕਰਨੀ ਹੈ ਠੀਕ ਹੈ ਨਾ ਅਤੇ ਬਸ ਸਾਹਮਣੇ ਆ ਕਰਨੀ ਹੈ ਮੁਨਾਫਕਤ ਨਹੀਂ ਕਰਨੀ ਗੰਡ ਪਿੱਛੋਂ ਨਹੀਂ ਪਿੱਛੇ ਵਾਰ ਨਹੀਂ ਕਰਨਾ ਲਲ ਕਰਕੇ ਕਰਨੀ ਹੈ ਪਰ ਤੂੰ ਮੇਰਾ ਮੁਖਾਲਿਫ ਹੈ ਤੈਨੂੰ ਪੂਰੀ ਟੱਕਰ ਦੇਣੀ ਹੈ ਭਾਵੇਂ ਉਹ ਜਿੱਤੇ ਜੋ ਵੀ ਹੋਵੇ ਟੱਕਰ ਪੂਰੀ ਦੇਣੀ ਹੈ ਉਹ ਸ਼ਾਗਿਰਦ ਸੀ ਅਤੇ ਉਹਨੇ ਮੈਨੂੰ ਕਿਹਾ ਕਿ ਮੈਂ ਕਿਹਾ ਯਾਰ ਤੂੰ ਕਿਉਂ ਲੋਕਾਂ ਕੇ ਗੱਲਾਂ ਛੱਲਾਂ ਕਰਦਾ ਹੈ ਤੇਰਾ ਹੱਕ ਨਹੀਂ ਬਣਦਾ ਉਸਤਾਦ ਬਾਪ ਦਾ ਦਰਜਾ ਰੱਖਦਾ ਤੂੰ ਕਿਵੇਂ ਦੀ ਗੱਲਾਂ ਕਰਦਾ ਹੈ ਉਹ ਜੀ ਨਹੀਂ ਫਲਾਂ ਇੱਕ ਲੜਕੇ ਰਿਕਾਰਡਿੰਗ ਮੈਨੂੰ ਸੁਣਾ ਦਿੱਤੀ ਮੈਂ ਉਹਨੂੰ ਪੋਸਟ ਲਾ ਦਿੱਤੀ ਉਹਨੇ ਉਸਤਾਦ ਨਾਲ ਤਲਕ ਸੀ ਉਹਨਾਂ ਕਿਹਾ ਜੀ ਤੁਸੀਂ ਮੇਰੀ ਛੱਤ 'ਤੇ ਆ ਜਾਓ ਤਾਂ ਫਲਾਓ ਜਿਵੇਂ ਸਬਜ਼ ਬਾਗ ਉਹ ਖਾਈਦੇ ਉਹ ਖਾਵਣ ਤੋਂ ਬਾਅਦ ਜਨਾਬ ਉਧਰੋਂ ਹਟ ਜਾਓ ਅਤੇ ਕੋਈ ਐਸਾ ਸਬਜ਼ ਬਾਗ ਵਿਖਾਇਆ ਹੋਇਆ ਜੀ ਅਤੇ ਉਹਨਾਂ ਪੋਸਟ ਲਵਾ ਛੱਡੀ ਮੇਰੀ ਇੱਜ਼ਤ 'ਚ ਫਰਕ ਨਹੀਂ ਪਿਆ ਕਦੀ ਬਸ ਚਲੋ ਤੁਸੀਂ ਤੇ ਮਤਲਬ ਬੰਦੇ 'ਤੇ ਥੋੜ੍ਹਾ ਜਿਹਾ ਅਰੂਜ ਆਵੇ ਉਹ ਛੱਡ ਜਾਂਦਾ ਦੋਸਤ ਆਪਣੇ ਅਸੀਂ ਅਰੂਜ ਦੇ ਵਿੱਚ ਵੀ ਆ ਕੇ 2022 ਤੱਕ ਚੈਂਪੀਅਨ ਬਣ ਗਏ
ਲੇਕਿਨ ਕਬੂਤਰਬਾਜ਼ੀ ਕੀਤੀ ਜਾਵੇ ਤੇ ਉਹ ਪੀਪਲਾਂ ਨੇ ਕੁਝ ਸਿੱਖੀ ਦੀ। ਹਾਲਾਂਕਿ ਮੈਂ ਦੇਖੋ ਜਿਹੜੀ ਸਾਡਾ ਟੌਪਿਕ ਵੀ ਆਇਆ ਸੀ ਉਸਤਾਦੀ ਸ਼ਾਗਿਰਦੀ ਦਾ ਕਿ ਇਸ ਤਰ੍ਹਾਂ ਦੇ ਉਸਤਾਦ ਆ ਗਏ ਨੇ ਜਿਹੜੇ ਖੁਦ ਪ੍ਰੈਕਟੀਕਲੀ ਕਬੂਤਰ ਨਹੀਂ ਉਡਾਏ। ਦੂਸਰੀ ਗੱਲ ਇਹ ਕਿ ਸਾਰੇ ਲੋਕਾਂ ਵਾਸਤੇ ਮੈਸੇਜ ਹੈ, ਅਗਰ ਕੋਈ ਵੀ ਕਬੂਤਰ ਪਰਵਰ ਉਹ ਫੈਜ਼ ਹਾਸਿਲ ਨਹੀਂ ਕਰ ਪਾ ਰਿਹਾ ਆਪਣੇ ਉਸਤਾਦ ਕੋਲੋਂ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਚੇਂਜ ਕਰ ਲੈਣ, ਕਿਉਂਕਿ ਉਹ ਅਦਰਵਾਈਜ਼ ਕੰਪਰੋਮਾਈਜ਼ ਕਰਦੇ ਰਹਿਣਗੇ। ਹਰ ਕੋਈ ਮਿੱਠੂ ਲਾਲੀ ਦੀ ਤਰ੍ਹਾਂ ਨਹੀਂ ਹੋ ਸਕਦਾ, ਠੀਕ ਹੈ ਨਾ, ਲੇਕਿਨ ਇਹਨਾਂ ਦਾ ਵੀ ਦੇਖੋ, ਇਹਨਾਂ ਨੇ ਉਹਨਾਂ ਦੇ ਸਾਹਮਣੇ ਇਤਰਾਮ ਕੀਤਾ ਹੈ। ਹਸਨ ਲਾਲੀ ਵੀ ਤਾਂ ਉਹਨਾਂ ਦਾ ਸ਼ਕਲ ਹੋ ਸਕਦਾ ਸੀਗਾ ਨਾ, ਅਗਰ ਕੋਈ ਕੁਆਲਿਟੀਜ਼ ਹੁੰਦੀਆਂ ਉਸ ਲੈਵਲ ਦੀਆਂ, ਉਸ ਲੈਵਲ ਦੀਆਂ ਉਹ ਜਾ ਕੇ ਕਿਸੇ ਹੋਰ ਜਗ੍ਹਾ 'ਤੇ ਹੋਇਆ ਹੈ, ਅਤੇ ਇਹਨਾਂ ਨੂੰ ਵੀ ਇੱਕ ਲਾਈਨ ਮਿਲੀ ਹੈ, ਇੱਕ ਗਾਈਡਲਾਈਨ ਮਿਲੀ ਹੈ, ਔਰ ਇੱਕ ਰਹਿਬਰ ਰਹਿਨਮਾ ਦਾ ਹੋਣਾ ਜ਼ਰੂਰੀ ਹੈ, ਲੇਕਿਨ ਉਹ ਰਹਿਬਰ ਰਹਿਨਮਾ ਕਾਬਿਲ ਹੋਣਾ ਚਾਹੀਦਾ ਹੈ ਬਸ। ਨਹੀਂ ਲੇਕਿਨ ਇੱਕ ਵੀ ਇਹ ਵੀ ਗੱਲ ਆਉਂਦੀ ਹੈ ਨਾ, ਇੱਕ ਭਾਈ ਪੀ ਟੀ ਆਈ 'ਚ ਅਤੇ ਇੱਕ ਮੁਸਲਿਮ ਲੀਗ 'ਚ, ਪਾਰਟੀ ਵਿੱਚ ਮੈਂ ਪੀਪਲਾਂ ਦਾ ਗਰੁੱਪ ਦਾ ਰਿੰਗ ਲੀਡਰ ਹਾਂ ਪੰਜਾਬ ਦਾ। ਇਹ ਮੈਂ ਤੁਹਾਡੇ ਕੋਲ ਪੁੱਛਣ ਹੀ ਲੱਗਾ, ਤੁਸੀਂ ਆਪ ਹੀ ਕਰ ਦਿੱਤਾ ਸ਼ੁਰੂ ਇਹਨੂੰ ਆਪਣਾ ਅੱਗੇ ਲੈ ਕੇ ਚੱਲੋ ਇਹ ਸਾਰੀ ਗੱਲ, ਇਹ ਇੱਥੇ ਚੱਲਦੇ ਜਾਓ। ਤੁਹਾਡੇ ਸ਼ਾਗਿਰਦ ਕਿੰਨੇ ਨੇ ਅਤੇ ਹਸਨ ਲਾਲੀ ਦੇ ਕਿੰਨੇ ਨੇ? ਭਾਈ ਹਸਨ ਛੋਟਾ ਭਾਈ ਮੇਰਾ। ਇਹਨਾਂ ਦੇ ਕਿੰਨੇ ਸ਼ਾਗਿਰਦ ਨੇ? ਛੋਟਾ ਤਾਂ ਫਿਰ ਜ਼ਹਿਰ ਗੱਲ ਥੋੜ੍ਹੇ ਹੋਣਗੇ, ਠੀਕ ਹੋ ਗਿਆ, ਮੇਰਾ ਵੱਡਾ ਤਾਂ ਮੇਰੇ ਥੋੜ੍ਹੇ ਜ਼ਿਆਦਾ ਹੋਣਗੇ, ਠੀਕ ਹੈ। ਕਿੰਨੇ ਕਿੰਨੇ ਤਾਦ ਕੋ ਥੋੜ੍ਹੀ ਤਾਦ ਨਹੀਂ ਭਾਈ, ਠੀਕ ਹੈ। ਜਿਹੜੇ ਵੀ ਸ਼ਾਗਿਰਦ ਹੈ ਨਾ ਜੀ, ਸਾਡੇ ਯਾਰਾਂ ਦੀ ਤਾਂ, ਸਾਡੇ ਭਾਈਆਂ ਦੀ ਤਾਂ, ਸਾਰੇ ਸ਼ਾਗਿਰਦਾਂ ਨਾਲ ਸਾਡਾ ਦੋਸਤਾਨਾ ਹੀ ਹੋਣਾ ਚਾਹੀਦਾ ਔਰ ਭਾਈ ਹੈ, ਬੜੀ ਗੱਲ, ਠੀਕ ਹੈ ਜੀ। ਅਤੇ ਮਿਹਨਤ ਵੀ ਕਰੀ ਦੀ ਇਸ ਦਫ਼ਾ, ਅਲਹਮਦੁਲਿਲਾ ਜਿੰਨੇ ਵੀ ਦੋਸਤ ਹੈ ਹੁਣ ਕਾਫ਼ੀ ਫੋਕਸ ਵੀ ਕਰ ਰਹੇ ਹਾਂ ਉਹਦੇ 'ਤੇ, ਅੱਗੇ ਕਬੂਤਰ ਨੂੰ ਤਾਦਾਦ ਹੁਣ ਕਬੂਤਰ ਨੂੰ ਦੇ ਰਹੇ ਕਿ ਆਪਣਾ ਸ਼ੌਕ ਅੱਛਾ ਕਰ। ਬਾਕੀ ਜ਼ਿਲ੍ਹਾ ਫੈਸਲਾਬਾਦ ਜਿਸ ਦਫ਼ਾ ਵੀ ਮਾਸ਼ਾ ਅੱਲਾ ਜਿੰਨੇ ਵੀ ਸ਼ਾਗਿਰਦ ਸਾਡੇ ਉੱਡੇ ਸਭ ਬਹੁਤ ਅੱਛੇ ਉੱਡੇ, ਚੈਂਪੀਅਨ ਵੀ ਲੱਗੇ ਜੀ, ਘਰ ਨੂੰ ਕਿਤਨਾ ਟਾਈਮ ਦਿੰਦੇ ਹੋ ਭਾਈ? ਕੋਈ ਘਰੋਂ ਤੇ ਨਹੀਂ ਤੁਹਾਨੂੰ ਚੈਲੇਂਜ ਆਉਂਦੇ, ਲੜਾਈ ਝਗੜੇ ਹੋ ਜਾਂਦੇ ਨੇ? ਨਹੀਂ ਤੁਹਾਨੂੰ ਫਿਰ ਵੀ ਚਲੋ ਤੁਸੀਂ ਇੱਕ ਦੂਸਰੇ ਨੂੰ ਰਿਪਲੇਸ ਤੇ ਕਰ ਲੈਂਦੇ ਹੋ ਨਾ, ਕਿ ਇੱਕ ਬੰਦਾ ਛੱਤ ਤੇ ਚਲਾ ਗਿਆ ਤੇ ਇੱਕ ਬੰਦਾ ਚਲੋ ਜੀ ਘਰ ਦਾ ਵੀ ਕੋਈ ਥੋੜਾ ਜਿਹਾ ਜਾਣਦਾ, ਜਦੋਂ ਕਬੂਤਰ ਉਡਾ ਲਈਏ ਨਾ ਸਭ ਤੋਂ ਘਰ ਨਹੀਂ ਜਾਏ, ਸਾਡੇ ਕੋਲ ਘਰ ਨਹੀਂ ਜਾਏ, ਪਤਾ ਨਹੀਂ ਕੀ ਗੱਲ ਹੈ। ਜਿੰਨੀ ਵੀ ਕੋਸ਼ਿਸ਼ ਕਰ ਲਈਏ ਨਾ, ਮੈਂ ਥੱਕਾ ਟੁੱਟਾ ਹੁੰਦਾ ਮੁਬਾਜ਼ੀਆਂ ਦੁਆਰਾ, ਐਂਡ ਹੋਇਆ ਹੁੰਦਾ ਮੇਰਾ, ਤੇ ਮੈਂ ਲੇਟਣਾ ਨਾ ਤੇ ਮੇਰੇ ਕੋਲ ਨੀਂਦਰ ਨਹੀਂ ਪੈਂਦੀ, ਬਸ ਉਹ ਜਿਹੜਾ ਟਾਈਮ ਗੁਜ਼ਾਰਨਾ ਹੈ ਨਾ ਉਹ ਕਰਵਟ ਵਿੱਚ ਹੀ ਗੁਜ਼ਾਰਨਾ। ਮੇਰੀ ਅੱਖਾਂ ਬਿਲਕੁਲ ਸੁਜੀਆਂ ਆਉਂਦੀਆਂ, ਇੰਨੀਆਂ ਇੰਨੀਆਂ ਮੋਟੀਆਂ ਹੋ ਜਾਂਦੀਆਂ, ਪਛਾਣ ਹੀ ਨਹੀਂ ਜਾਂਦਾ। ਅਤਾ ਕਿ ਮੈਂ ਮਿਹਦੇ ਦਾ ਮਰੀਜ਼ ਸੀ, ਜਿਗਰ ਦਾ ਮਰੀਜ਼ ਹੋ ਗਿਆ ਸੀ, ਸ਼ੌਕ ਦੀ ਵਜ੍ਹਾ ਤੋਂ, ਅਤੇ ਮੈਂ ਡਾਕਟਰ ਲਾਸਟ ਟਾਈਮ ਚੈੱਕ ਕਰਿਆ, ਡਾਕਟਰ ਸਾਹਿਬ ਆ ਕੇ ਮੈਨੂੰ 15 ਦਿਨ ਬਾਅਦ ਫਿਰ ਚੈੱਕ ਕਰਵਾਉਣਾ, ਅੱਗੋਂ ਸੀਜ਼ਨ ਸਟਾਰਟ ਹੋ ਰਿਹਾ ਸੀ, ਮੈਂ ਕਹਿੰਦਾ ਡਾਕਟਰ ਨੂੰ ਚੈੱਕ ਕਰਾਉਣਾ, ਮੈਡੀਸਨ ਖਾਣੀ। ਮੈਂ ਸਾਰ ਕਬੂਤਰ ਉਡਾਇਆ 2 ਮਹੀਨੇ ਮੁਸਲਸਲ, ਜਦੋਂ ਬਾਜ਼ੀਆਂ ਖਤਮ ਹੋਏ ਉਸ ਤੋਂ 4 ਦਿਨ ਬਾਅਦ ਡਾਕਟਰ ਸਾਹਿਬ ਆ ਕੇ ਹੁਣ ਮੈਨੂੰ ਚੈੱਕ ਕਰੋ, ਉਹਨੇ ਕਿਹਾ ਹੁਣ ਸਰ 2 ਮਹੀਨੇ ਦਾ ਸਮਾਂ, ਜਿਗਰ ਕੰਮ ਖਰਾਬ ਨਾ ਕਰ। ਅੱਛਾ ਮਿੱਠੂ ਭਾਈ, ਇਹ ਮਜ਼ੀਦ ਤੁਹਾਨੂੰ ਇਹ ਤਾਂ ਮੁਸ਼ਕਲਾਂ ਆ ਗਈ ਜ਼ਿੰਦਗੀ 'ਚ ਕਬੂਤਰਬਾਜ਼ੀ ਦੇ ਹਵਾਲੇ ਨਾਲ, ਇਹਦੇ ਤੋਂ ਇਲਾਵਾ ਵੀ ਕੋਈ ਐਸੀ ਮੁਸ਼ਕਲਾਂ ਆਈ ਹੋਏ ਕਬੂਤਰਬਾਜ਼ੀ ਜੀ ਤੁਹਾਨੂੰ, ਕਿ ਯਾਰ
ਘਰ ਦੇ ਜਾਂ ਕੋਈ ਬੰਦਾ ਕੋਈ ਵੀ ਇਸ ਤੋਂ ਇਲਾਵਾ ਵੀ ਇਹ ਨਹੀਂ ਕਿ ਘਰ ਦੇ ਕਹਿਣ ਕੇ ਛੱਡ ਦਿਓ ਜਾਂ ਤੁਹਾਨੂੰ ਕੋਈ ਵੈਸੇ ਕੋਈ ਐਸੀ ਗੱਲ ਆਈ ਹੋਵੇ ਕਿ ਯਾਰ ਇਹ ਬੜਾ ਮੁਸ਼ਕਲ ਜਿਹਾ ਸ਼ੌਕ ਹੈ, ਬੜਾ ਮੁਸ਼ਕਲ ਜਿਹਾ ਸ਼ੌਕ ਹੈ ਅਤੇ ਮੈਂ ਕਿਵੇਂ ਕਰਨਾ ਪਿਆ ਯਾਰ, ਨਾ ਕਰੀਏ ਜਾਂ ਕਰੀਏ, ਕੋਈ ਇਹੋ ਜਿਹੀ ਸਟੇਜ ਆਈ ਹੈ। ਸਰ ਮੈਂ ਜਦੋਂ ਸ਼ੌਕ ਕੀਤਾ ਨਾ, ਮੈਂ ਸ਼ੌਕ ਜਿੱਤ ਵਾਸਤੇ ਕੀਤਾ ਸੀ। ਅੱਛਾ, ਕਿ ਮੈਂ ਜਿੱਤਣਾ ਸਭ ਦੀ ਇੱਜ਼ਤ ਕਰਦੇ, ਕੋਈ ਸਾਡਾ ਹਰੀਫ ਆਜ ਤੱਕ ਕਹਿ ਦੇਵੇ ਵੇਖੋ ਆਉਂਦੀ ਰਿਕਾਰਡ ਗੱਲ ਹੈ। ਸ਼ੌਕ ਹੋਇਆ ਅਗਰ ਕਿਸੇ ਦੋਸਤ ਨੇ ਫੋਨ ਕੀਤਾ ਨਾ ਕਿ ਹੋਵੇ ਖਿਲਾੜੀ, ਆਕੜ ਵਾਲਾ ਬੰਦਾ ਹੋਵੇ ਤਾਂ ਮਦਦ ਕਰ ਲਓ, ਬਸ ਹੀ ਪੂਰੇ ਉਤਰ ਕੇ ਆਉਂਦੇ ਆ। ਅਗਰ ਦੋਸਤ ਆ ਰਹੇ ਨੇ ਕਿ ਮੇਰਾ ਲਿਹਾਜ਼ ਦਾ ਪੂਰਾ ਉਤਰ ਗਏ, ਇਸ ਤਰ੍ਹਾਂ ਸ਼ੌਕ ਕਰਨਾ, ਓਕੇ ਬਾਈ ਬਾਜ਼ੀ ਲਿਖ ਲਓ, ਕਾਫੀ ਦੋਸਤ ਐਸੇ ਨਾਂ ਨਹੀਂ ਲਵਾਂਗੇ ਮੁਨਾਸਿਬ ਨਹੀਂ, ਸਾਰੇ ਭਾਈ ਸਾਡੇ ਜਿਵੇਂ ਉਹਨਾਂ ਕਿਹਾ ਸਕਦੇ ਓਕੇ ਕਰ ਲਓ, ਸ਼ੌਕ ਓਕੇ ਕਰ ਲਓ। ਸ਼ੌਕ ਨੂੰ ਅੱਛਾ ਰੱਖਿਆ, ਅਸਾਂ ਤਾਂ ਆਪਣਾ ਟਾਰਗੇਟ ਰੱਖਿਆ ਜੀ ਵੱਡਾ ਟਾਰਗੇਟ, ਛੋਟਾ ਤਾਂ ਸਮਝੀਏ ਨਹੀਂ, ਛੋਟੇ ਲੈਵਲ ਤੇ ਨਹੀਂ। ਉਹਨਾਂ ਕਹੇ ਯਾਰ ਵੀ ਕੋਈ ਬੰਦਾ ਕਹਿ ਦੇਵੇ ਕਿ ਅਸਾਂ ਆਉਂਦੇ ਰਿਕਾਰਡ ਕਿ ਕਿਸੇ ਬੰਦੇ ਨੂੰ ਫੋਨ ਕੀਤਾ ਜਿਹੜੇ ਛੋਟੇ ਖਿਲਾੜੀ, ਛੋਟੇ ਖਿਲਾੜੀ ਮਤਲਬ ਉਸ ਵਾਲੀ ਚੈਂਪੀਅਨਸ਼ਿਪ ਵਿੱਚ ਨਹੀਂ ਆ ਚੁੱਕੇ, ਛੋਟਾ ਕੋਈ ਵੀ ਨਹੀਂ, ਸਾਰੇ ਠੀਕ ਹੈ ਲੇਕਿਨ ਚੈਂਪੀਅਨਸ਼ਿਪ ਨਹੀਂ ਜਿੱਤ ਸਕੇ, ਅਸੀਂ ਜ਼ੁਰਮਦਾਰ। ਹੁਣ ਵੀ ਤੁਸੀਂ ਕੋਈ ਐਸੀ ਖਵਾਹਿਸ਼ ਰੱਖਦੇ ਹੋ ਕਿ ਕਿਸੇ ਛਤਾ ਨੂੰ ਤੁਸੀਂ ਕਹੋ ਕਿ ਜੇ ਆ ਕੇ ਸਾਡਾ ਸ਼ੌਕ ਨਹੀਂ ਕਰੋ? ਅੱਲਾਹ ਪਾਕ ਦੀ ਮਿਹਰਬਾਨੀ ਨਾਲ ਪੰਜਾਬ ਵਿੱਚ ਜਿਤਨੇ ਵੀ ਖਿਲਾੜੀ ਨੇ ਸਭ ਨੇ ਮੈਨੂੰ ਕੀਤਾ ਹੋਇਆ, ਠੀਕ ਹੈ। ਔਰ ਅਗਰ ਐਵਰੇਜ ਕੱਢੀ ਜਾਵੇ ਨਾ ਤਾਂ ਉਹ ਜ਼ਿਆਦਾ ਹੀ ਹੋਏਗੀ, ਐਵਰੇਜ ਵੀ ਸਾਡੀ ਜ਼ਿਆਦਾ ਹੋਏਗੀ ਜਿੱਤਣ ਦੀ ਰੇਸ਼ੋ ਅਤੇ, ਲੇਕਿਨ ਹੁਣ ਵੀ ਅੱਛੇ ਖਿਲਾੜੀ ਨਾਲ ਸ਼ੌਕ ਕਰੀਦਾ, ਜਿਹੜੇ ਅੱਛੇ ਹੈ ਨਾਮ ਵਾਲ, ਜਿਹੜੇ ਅੱਛੇ ਹੈ ਪੰਜਾਬ ਵਿੱਚ, ਇਸ ਤਰ੍ਹਾਂ ਨਾਲ ਸ਼ੌਕ ਕਰੀਦਾ ਜੀ, ਅਤੇ ਕੋਈ ਨਹੀਂ ਜੀ ਐਸਾ। ਅੱਛਾ, ਇੱਕ ਹੁਣ ਆਖਰੀ ਸਵਾਲ ਮੇਰਾ, ਬਾਕੀ ਜ਼ਿਆਦੀ ਸਾਹਿਬ ਕਰਨਗੇ, ਟਾਈਮ ਕਾਫੀ ਹੋ ਗਿਆ, ਬਸ ਹੁਣ ਥੋੜਾ ਜਿਹਾ ਵਾਈਂਡ ਅਪ ਉਧਰ ਜਾਣ ਲੱਗੇ ਆਖਰੀ। ਮੈਂ ਤਾਂ ਕਹਿ ਰਿਹਾ ਜੀ, ਮਿੱਠੂ ਭਾਈ ਮੇਰਾ ਇਹ ਸਵਾਲ ਹੈ ਕਿ ਹਰੀਫਾਂ 'ਚ ਵੀ, ਦੋਸਤਾਂ 'ਚ ਵੀ, ਆਪਣੇ ਉਸਤਾਦਾਂ 'ਚ ਵੀ, ਕੋਈ ਤੁਹਾਨੂੰ ਐਸਾ ਉਸਤਾਦ ਜਿਹੜਾ ਬੰਦਾ ਜਿਵੇਂ ਜਾਂਦੇ ਨਾ ਬੰਦਾ, ਮੈਂ ਜਿਵੇਂ ਕਹਿੰਦਾ ਮੈਨੂੰ ਜ਼ਿਆਦੀ ਸਾਹਿਬ ਮੇਰੇ ਬੜੇ ਦਿਲ ਨੂੰ ਭਾਉਂਦੇ ਨੇ, ਮਤਲਬ ਕਿ ਅੱਛੇ ਲੱਗਦੇ ਨੇ, ਤੁਹਾਨੂੰ ਕੋਈ ਐਸਾ ਉਸਤਾਦ ਹਰੀਫਾਂ 'ਚ ਜਾਂ ਵੈਸੇ ਕੋਈ ਮੁਖਾਲਫ ਜਾਂ ਕੋਈ ਵੀ ਕਬੂਤਰਬਾਜ਼ੀ 'ਚ ਕਿਹੜਾ ਕੋਈ ਤੁਹਾਡਾ ਫੇਵਰੇਟ ਬੰਦਾ ਹੈ ਜਾਂ ਕੋਈ ਐਸਾ? ਜਿਹੜਾ ਸਾਡਾ ਆਪਣਾ ਗਰੁੱਪ ਦੇ ਨਾ ਉਸਤਾਦ ਵੀਰ ਮੁਖਤਾਰ ਸਾਹਿਬ ਜੀ, ਉਹ ਮੇਰੇ ਵੱਡੇ ਭਾਈ ਵੀ ਹਨ ਜੀ, ਉਸਤਾਦ ਵੀ ਹਨ, ਠੀਕ ਹੈ, ਔਰ ਅੱਛੇ ਦੋਸਤ ਵੀ ਹਨ। ਓਕੇ, ਮੇਰਾ ਜਦੋਂ ਵੀ ਮਸ਼ਵਰਾ ਹੋਇਆ ਜਾਂ ਜਦੋਂ ਵੀ ਹੋਇਆ ਮੈਂ ਸਾਡਾ ਬੰਦਾ ਹੋਇਆ, ਸਹੀ ਹੈ, ਆਪਸ ਵਿੱਚ ਸਾਡਾ ਹੋਇਆ, ਤੇ ਬਾਕੀ ਸਾਡੇ ਹਰੀ ਬੜੇ ਅੱਛੇ ਅੱਛੇ ਉਸਤਾਦ ਰਾਜਾ ਇਫਤਖਾਰ ਕਾਕਾ ਸਾਹਿਬ ਨਹੀਂ ਲੱਭ ਤੁਹਾਨੂੰ ਉਹਨਾਂ ਨੇ ਬਹੁਤ ਜੀ ਮੁਹੱਬਤ ਤੇ ਫਿਰ ਆਉਂਦੇ ਭਾਈ ਅਸਨ ਸ਼ਾਹ ਸਿਆਲ ਸਿਆਲਕੋਟ ਤੋਂ, ਬੜੇ ਅੱਛੇ ਬੰਦੇ ਹਨ, ਬਹੁਤ ਅੱਛੇ ਹਰੀ ਵੀ ਹਨ, ਦੋਸਤ ਵੀ ਹਨ, ਠੀਕ ਹੈ, ਠੀਕ ਹੈ, ਸਦਾ ਸ਼ੁਕਰ ਵੀ ਬਹੁਤ ਅੱਛੇ ਬੰਦੇ ਹਨ ਜੀ, ਸਹੀ ਹੈ, ਤੇ ਸ਼ੌਕ ਵੀ ਲੱਗਦਾ ਬੜਾ ਪਿਆਰ ਦਾ ਹੁੰਦਾ ਹੈ, ਸਹੀ ਹੈ, ਤੇ ਦੋਸਤ ਵੀ ਹਨ ਸਾਡੇ, ਸਾਡੇ ਜਿਤਨੇ ਵੀ ਹਰੀਫ ਹੈ ਜੀ ਸਾਡੇ ਦੋਸਤ ਹੈ, ਦੋਸਤ ਨੇ, ਦੋਸਤ ਪਹਿਲੇ ਜੀ ਹਰੀਫ ਤੇ ਬਾਅਦ ਦੀ ਗੱਲ ਹੈ, ਜਿੱਤ ਕੇ ਪੋਸਟ ਵੀ ਨਹੀਂ ਲਾਉਂਦੇ, ਵੈਰੀ ਗੁੱਡ, ਬੜੀ ਗੱਲ, ਯੈਸ, ਅੱਛਾ, ਮਾਸ਼ਾਅੱਲਾ ਅੱਲਾਹ ਤੁਹਾਨੂੰ ਹੋਰ ਇੱਜ਼ਤ ਦੇ ਜੀ, ਆਮੀਨ ਆਮੀਨ। ਅੱਛਾ, ਇੱਕ ਹੋਰ ਗੱਲ ਹੈ
ਕਿ ਤੁਹਾਨੂੰ ਯਾਰ ਕੋਈ ਕਬੂਤਰ ਐਸਾ ਤੁਹਾਡੀ ਜ਼ਿੰਦਗੀ 'ਚ ਲਾਈਫ 'ਚ ਆਇਆ ਹੋਇਆ ਜਿਹੜਾ ਅੱਜ ਤੱਕ ਤੁਹਾਨੂੰ ਭੁੱਲਦਾ ਨਹੀਂ ਪਿਆ, ਉਹ ਜਦੋਂ ਵੇਖੀ ਯਾਰ ਸਾਡੀ ਅੱਖਾਂ ਦੇ ਅੱਗੇ ਹੀ ਸਾਹਮਣੇ ਆ ਰਿਹਾ। ਸਰ ਹੈ ਕਬੂਤਰ ਮੌਜੂਦ ਭੈਣ ਜੀ? ਅੱਛਾ ਅੱਛਾ, ਉਹ ਤੁਹਾਡੇ ਕੋਲ ਹੀ ਨਹੀਂ? ਕੋਈ ਐਸੇ ਕਬੂਤਰ ਜਿਹੜੇ ਜ਼ਾਇਆ ਹੋ ਗਏ ਔਰ ਕਹਿੰਦੇ ਨੇ ਕਿ ਯਾਰ ਉਸ ਵਿੱਚ ਕਾਜਲ ਕਬੂਤਰੀ ਹੈ? ਕਾਜਲ ਕਿੰਨੀਆਂ ਬਾਜ਼ੀਆਂ ਜਿੱਤੀ ਸੀ? ਉਹ ਕਿੰਨੇ ਸਾਲ ਉੱਡੀ? 21 ਸਾਲ ਉੱਡੀ ਹੈ। ਅੱਛਾ, ਲੇਕਿਨ ਉਸ ਕਬੂਤਰੀ ਨੇ ਅੜ ਤੋਂ ਥੱਲੇ ਪੈਰ ਨਹੀਂ ਰੱਖਿਆ। ਅੱਛਾ, ਉਹ ਦਿਲ ਲੈ ਗਈ ਕੱਢ ਕੇ, ਉਹ ਤੂਫਾਨ ਵਿੱਚ ਚਲੀ ਗਈ ਸੀ। ਜ਼ੈਦ ਸਾਹਿਬ, ਬਹੁਤ ਸਾਰੇ ਕਬੂਤਰ ਐਸੇ ਹਨ ਗਹਿਣ ਬਖਸ਼ੇ ਰਹੇ, ਕਿਸ ਕਿਸ ਕੋ ਯਾਦ ਰੱਖੇ ਨਾ, ਕੈਸੇ ਕੈਸੇ ਹਮ ਦਮ ਬਿਛੜੇ, ਕਿਸ ਕਿਸ ਕੋ ਯਾਦ ਰੱਖੇ। ਤੋ ਬਹੁਤ ਬਹੁਤ ਪਿਆਰੇ ਕਬੂਤਰ ਗਏ ਹੈ, ਪਰ ਮਾਂ ਬਾਪ ਸਾਡੇ ਕੋਲ ਪੈ ਗਏ। ਅੱਛਾ ਅੱਛਾ, ਮਸ਼ੀਨਾਂ ਤਾਂ ਕੋਲ ਨਾ, ਚਿੜੀ ਦੇਖ ਲੈ। ਹਾਂ, ਚਿੜੀ ਦੇ ਦੇਖ ਲੈ, ਸਾਲ ਵਿੱਚ ਟੈਂਪਰੇਚਰ 4 ਪਰਵਾਹ ਜਿਹੜੀ ਉੱਡੀ ਹੈ, ਠੀਕ ਹੈ ਨਾ, ਲੇਕਿਨ 2 ਵਾਰੀ 8 ਤੋਂ ਪਾਰ ਬੈਠੀ ਹੈ। ਬੜੀ ਗੱਲ, ਮੌਸਮ ਬੜਾ ਸਖਤ ਹੈ। ਲੇਕਿਨ ਮੇਰਾ ਜਿਹੜਾ ਕਬੂਤਰ ਪਸੰਦੀਦਾ ਸੀ ਨਾ ਇਸ ਬਾਦ ਵਿੱਚ, ਉਹ ਦਿਲ ਜਿਗਰ ਸਲੇਟੀ ਸੀ। ਕਿਹੜਾ? ਦਿਲ ਜਿਗਰ, ਦਿਲ ਜਿਗਰ, ਦਿਲ ਜਿਗਰ। ਜਦੋਂ 7ਵੇਂ ਦਿਨ ਤੂਫਾਨ ਵੇ ਗਿਆ ਤੇ 8ਵੇਂ ਦਿਨ ਵਾਪਸ ਆਇਆ। ਬਹੁਤ ਸਖਤ ਤੂਫਾਨ ਸੀ, ਉਹਦੇ ਨਾਲ ਦੇ ਕਬੂਤਰ ਹਫ਼ਤਾ ਬਾਅਦ ਗਿਰਨ ਜਾ ਕੇ ਉੱਥੇ ਕਬੂਤਰ ਮੈਨੂੰ ਮਿਲੇ। ਮੇਰਾ ਪਸੰਦੀਦਾ ਕਬੂਤਰ ਸੀ ਉਹ, ਸਾਡੇ ਲੱਖ ਕਬੂਤਰਾਂ ਵਿੱਚ ਬਣਿਆ ਦਿਲ ਜਿਗਰ, ਦਿਲ ਜਿਗਰ ਉਹ ਹੈਗਾ ਹੁਣ ਤੁਹਾਡੀ ਦੇਖਦੇ ਆ ਸਾਰੇ। ਅੱਛਾ ਜੀ, ਇੱਕ ਤੁਹਾਨੂੰ ਇਨਵੀਟੇਸ਼ਨ ਹੈ ਸਾਡਾ ਹੁਣ ਜਿਹੜਾ ਹੈ ਬੱਚਿਆਂ ਦਾ ਟੂਰਨਾਮੈਂਟ ਉੱਡ ਰਿਹਾ ਮੁਲਤਾਨ, ਉਹਦੇ ਬਾਅਦ ਅੱਸੂ ਉੜੇਗਾ, ਜੇ ਟੁੱਟ ਚੁੱਕਿਆ ਮੁਲਤਾਨ ਸੁਲਤਾਨ ਦੇ ਪਲੇਟਫਾਰਮ ਤੋਂ, ਅਤੇ 8 ਨਵੰਬਰ ਵਿੱਚ ਸਾਡਾ ਫੰਕਸ਼ਨ ਹੋਣਾ, ਗ੍ਰੈਂਡ ਫੰਕਸ਼ਨ ਹੋਏਗਾ, ਅਤੇ ਸਾਨੂੰ ਬਹੁਤ ਖੁਸ਼ੀ ਹੋਏਗੀ ਔਰ ਇੱਜ਼ਤ ਵਧਾਈ ਹੋਏਗੀ ਤੁਸੀਂ ਦੋਵੇਂ ਭਾਈ ਨਾਲ ਸ਼ਿਰਕਤ ਕਰਨ, ਟਰਾਫੀਆਂ ਤਕਸੀਮ ਕਰਨੀਆਂ, ਔਰ ਬਹੁਤ ਸ਼ੁਕਰੀਆ। ਬਹੁਤ ਅੱਛਾ ਮੇਰਾ ਖਿਆਲ ਹੈ ਸਾਡੀ ਡਿਸਕਸ਼ਨ ਹੋਈ ਹੈ, ਔਰ ਨਵੇਂ ਖਿਡਾਰੀਆਂ ਵਾਸਤੇ ਜ਼ਿਆਦਾਤਰ ਸਾਡਾ ਫੋਕਸ ਸੀਗਾ, ਔਰ ਇਹਨਾਂ ਦੋਵੇਂ ਭਾਈ ਨੇ ਬੜੀ ਖੁੱਲ੍ਹੀਆਂ ਗੱਲਾਂ ਦੱਸੀਆਂ ਨੇ, ਜਿਹੜੀ ਇਹਨਾਂ ਦੀ ਪ੍ਰੈਕਟਿਸ ਹੈ ਜਿਹੜਾ ਇਹ ਕਰਦੇ ਨੇ, ਹੁਣ ਜਿਤਨੀ ਮਿਹਨਤ ਇਹ ਕਰ ਰਹੇ ਨੇ ਜੋ ਉਤਨੀ ਮਿਹਨਤ ਕਰ ਲਏਗਾ ਔਰ ਅੱਛੇ ਬਲੱਡ ਲਾਈਨ ਵੀ ਲੈ ਲਏਗਾ ਤਾਂ ਉਹਦਾ ਸ਼ੌਕ ਅੱਛਾ ਹੋ ਸਕਦਾ ਹੈ। ਇਹਦੇ 'ਚ ਮਾਯੂਸੀ ਵਾਲੀ, ਇਹਦੇ ਡਿਸਹਾਰਟ ਹੋਣ ਵਾਲੀ ਕੋਈ ਗੱਲ ਨਹੀਂ, ਕੋਈ ਗੱਲ ਵੀ ਨਹੀਂ, ਦਲੇਰ ਰਹੋ, ਕੁਝ ਕਬੂਤਰ ਕਮ ਰੱਖੋ, ਕੁਆਲਿਟੀ ਵਾਲੇ ਰੱਖੋ, ਔਰ ਜਿਹੜਾ ਤਰੀਕਾਕਾਰ ਸਾਡਾ ਮਤਲਬ ਹੈ, ਅਸੀਂ ਕੋਈ 70% ਚੀਜ਼ਾਂ ਤਾਂ ਦੱਸ ਦਿੱਤੀਆਂ ਨੇ ਬਈ, ਪਰ ਪਟਾਈ ਦੇ ਬਾਅਦ ਕੀ ਕਰ ਰਹੇ ਹੋ, ਦਾਣਾ ਕਿਹੜਾ ਦੇ ਰਹੇ ਹੋ, ਸੰਭਾਲ ਕਿਸ ਤਰ੍ਹਾਂ ਕਰ ਰਹੇ ਹੋ, ਪਰਵਾਸ ਕਿਸ ਤਰ੍ਹਾਂ ਕਰ ਰਹੇ ਹੋ, ਖੁਰਾਕ ਕਿਸ ਤਰ੍ਹਾਂ ਦੇ ਰਹੇ ਹੋ, ਕਿਸ ਟਾਈਮ ਦੇ ਰਹੇ ਹੋ, ਇਹ ਰਹਿਨੁਮਾਈ ਹੈ ਸਾਰੀ। ਅਤੇ ਬਾਕੀ ਆਖਿਰ ਵਿੱਚ ਸਾਰੇ ਦਫਾ ਨੂੰ ਮੇਰੀ ਇਹ ਰਿਕੁਐਸਟ ਹੈ ਕਿ ਕਿਸੇ ਨੂੰ ਵੀ ਉਸਤਾਦੀ ਪੱਗ ਦਿਓ ਅਤੇ ਦੂਸਰੇ ਲੋਕਾਂ 'ਤੇ ਰਹਿਮ ਕਰੋ, ਸਿਰਫ ਪੱਗਾਂ ਨਾਲ ਵੰਡਦੇ ਰਹੋ, ਉਹਨਾਂ ਨੂੰ ਕੁਛ ਨਾ ਕੁਛ ਪਤਾ ਹੋਵੇ ਰਮੂਸੇ ਕਬੂਤਰ ਪਰਵਰਿਸ਼ ਦਾ, ਪ੍ਰੈਕਟੀਕਲ ਉਹਨਾਂ ਨੇ ਕੀਤਾ ਹੋਇਆ ਹੋਵੇ, ਅਤੇ ਇਨਸ਼ਾਅੱਲਾ ਇਹ ਇੰਟਰਵਿਊ ਲੋਕਾਂ ਨੂੰ ਬਹੁਤ ਫਾਇਦਾ ਦੇਵੇਗਾ। ਔਰ ਜਨਾਬ ਇਜਾਜ਼ਤ ਲੈਂਦੇ ਹਾਂ, ਹਸਨ ਭਾਈ ਤੁਸੀਂ ਕੁਛ ਕਹਿਣਾ ਚਾਹੁੰਦੇ? ਬਸ ਜ਼ੈਦੀ ਸਾਹਿਬ ਜਿਸ ਤਰ੍ਹਾਂ ਕਹਿ ਰਹੇ ਜੀ, ਇਹ ਵੀ ਗੱਲ ਉਹਨਾਂ ਦਾ ਵੀ ਮੌਕਫ ਠੀਕ ਹੈ ਕਿ ਇਤਨੀ ਜਲਦੀ ਨਾ ਕਰੋ ਸਾਦੀ ਪੱਗ ਦੇਣ 'ਤੇ, ਕੋਈ ਸ਼ਗਿਰਦਾਂ ਨੂੰ ਵੀ ਚਾਹੀਦਾ ਥੋੜ੍ਹਾ ਜਿਹਾ ਬ੍ਰੇਕ 'ਤੇ ਪੈਰ ਰੱਖਣ, ਉਹ ਵੀ ਆਉਂਦੇ ਨੇ ਵੀ ਅੱਜ ਸ਼ਗਿਰਦ ਹੋਇਆ ਤਾਂ 1-6 ਮਹੀਨਿਆਂ ਦੇ ਵਿੱਚ ਉਸਤਾਦ ਵੀ ਬਣਾ ਦਿਓ, ਸਭ ਕੁਝ ਉਹ ਵੀ ਬਹੁਤ ਜਲਦੀ ਤਰੱਕੀ ਕਰਨਾ ਚਾਹੁੰਦੇ। ਟੈਲੀਫੋਨ 'ਤੇ ਕਹਿੰਦੇ ਮੈਨੂੰ ਦੱਸ ਦੇ ਫਟਾਫਟ, ਮੈਂ ਹੁਣੇ ਜਾਣਾ ਅਤੇ ਸ਼ਾਮ ਨੂੰ ਬੈਠਣ, ਉਹ ਵੀ ਉਸਤਾਦਾਂ ਨੂੰ ਜ਼ਹਿਨੀ ਟਾਰਚਰ ਕਰਦੇ ਨੇ, ਅਤੇ ਕੋਈ ਇਹਨਾਂ ਚੀਜ਼ਾਂ ਦਾ ਹੱਲ ਕੱਢਣਾ ਚਾਹੀਦਾ, ਇੱਕ ਪੰਜਾਬ ਕਮੇਟੀ ਦੇ ਅੱਛਾ ਜਿਹਾ ਫੈਸਲਾ ਹੋ ਜਾਏ, ਠੀਕ ਹੈ, ਕਮ ਅਜ਼ ਕਮ 2-3 ਸਾਲ ਤਾਂ ਸ਼ਹੀਦ ਰਹਿਣਾ ਚਾਹੀਦਾ, ਰਹਿਣਾ ਚਾਹੀਦਾ, ਔਰ ਪ੍ਰੈਕਟੀਕਲ ਵੀ ਹੋਵੇ, ਉਡਾਨ ਦਾ ਕਮ ਸੇ ਕਮ ਐਕਸਪੀਰੀਅੰਸ ਉਹਨੇ ਕੀਤਾ ਹੋਇਆ ਹੋਵੇ, 4-5-8 ਟੂਰਨਾਮੈਂਟ ਉਡਾਏ ਹੋਣ ਉਹਨੇ, ਔਰ ਕੋਈ ਕਾਰਕਰਦਗੀ ਦਿਖਾਈ ਹੋਵੇ। ਸਿਹਤ ਸਾਹਿਬ ਇੱਕ ਸਾਡਾ ਸਵਾਲ ਹੈ ਕਿ ਉਸ ਸਾਹ ਦਾ ਹੀ ਪ੍ਰੈਕਟੀਕਲ ਨਾ ਹੋਵੇ ਅਤੇ ਉਹ ਫਿਰ ਅੱਗੇ ਪੱਗਾਂ ਦੀ ਦਿੰਦਾ ਰਹੇ, ਫਿਰ ਉਹਦਾ ਕੀ ਹੱਲ ਹੈ? ਬਸ ਉਹਦਾ ਇਹ ਕਿ ਉਹ ਇਮਤਿਹਾਨ ਦੀ ਇੰਟਰੀ ਜਮ੍ਹਾਂ ਕਰਾਉਂਦਾ ਰਹੇ, ਹਰ ਸਾਲ ਫੇਲ ਹੀ ਹੋਏਗਾ।
ਲਓ ਜੀ ਦੋਸਤੋ ਚੱਲਦੇ ਹਾਂ ਕਬੂਤਰ ਦਿਖਾਉਂਦੇ ਤੁਹਾਨੂੰ ਇਹ ਪਾਰਟ 1, 2, 3 ਜੋ ਵੀ ਬਣੇਗਾ ਨਾ ਇਹ ਬਰਦਾਸ਼ਤ ਕਰਨਾ ਵੇਖਣਾ ਔਰ ਤੁਹਾਨੂੰ ਮਜ਼ਾ ਆਏਗਾ ਔਰ ਇਹ ਸਿੱਖਣ ਵਾਸਤੇ ਸਿੱਖਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ ਅਤੇ ਦੋਸਤੋ ਆਏ ਹਾਂ ਇਹਨਾਂ ਕੋਲੋਂ ਯਕੀਨ ਕਰੋ ਬੜਾ ਮਜ਼ਾ ਆਇਆ ਬੜਾ ਸਮਝੋ ਕਿ ਬੜਾ ਹੀ ਲੁਤਫ ਆਇਆ ਗੱਲਾਂ ਬਾਤਾਂ ਦਾ ਅਤੇ ਮੂਵੀ ਅੱਛੀ ਲੱਗੇ ਤਾਂ ਲਾਈਕ ਸਬਸਕ੍ਰਾਈਬ ਅਤੇ ਅੱਗੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਅਤੇ ਮਿੱਠੂ ਭਾਈ ਤੁਹਾਨੂੰ ਕੈਸਾ ਲੱਗਾ ਸਾਨੂੰ ਮਿਲ ਕੇ ਜੀ ਬਹੁਤ ਅੱਛੀ ਹੋ ਜੀ ਤੁਸੀਂ ਬਹੁਤ ਚੰਗੇ ਹੋ ਤਾਂ ਸਾਰੇ ਦੋਸਤ ਨਾਲ ਉਹਨਾਂ ਦਾ ਫਾਲੋ ਸ਼ਾਲੋ ਕਰਿਆ ਠੀਕ ਇਹਨਾਂ ਦੀ ਆਈ ਡੀ ਲਾਈਕ ਵੀ ਕਰੋ ਜੀ ਜੀ ਸ਼ੁਕਰੀਆ ਠੀਕ ਹੈ ਜੀ ਪੂਰੀ ਸਪੋਰਟ ਕਰੋ ਸਲਮਾਨ ਸਾਹਿਬ ਦੀ ਜੀ ਸ਼ੁਕਰੀਆ ਬੜੀਆਂ ਕਲਾਸ ਦੀਆਂ ਰੱਖੀਆਂ ਪੂਰੇ ਜੱਟ ਬੰਦੇ ਆ ਜੀ ਇਹਨਾਂ ਦੀ ਪੂਰੀ ਸਪੋਰਟ ਕਰਿਆ ਜੀ ਅੱਲਾਹ ਸਲਾਮ ਰੱਖੇ।